ਹਾਲ ਚਾਲ ਸਾਰਿਆਂ ਦਾ ਚੜ੍ਹਦੀ ਕਲਾ ਦੇ ਵਿੱਚ ਸੋ ਕਈਆਂ ਤੇ ਗੁੱਡ ਈਵਨਿੰਗ ਹੋਈ ਹੋਣੀ ਆ ਕਈਆਂ ਤੇ ਹੋਈ ਹੋਣੀ ਆ ਗੁੱਡ ਮਾਰਨਿੰਗ ਤੇ ਕਈਆਂ ਤੇ ਹੋਈ ਹੋਣੀ ਆ ਗੁੱਡ ਆਫਟਰਨੂਨ ਸੋ ਆਸ ਕਰਦਾ ਕਿ ਸਾਰੇ ਠੀਕ ਠਾਕ ਹੋਗੇ ਸੋ ਵੈਲਕਮ ਜੀ ਆਪਣੇ April ਦੇ ਫਰਸਟ ਲਾਈਵ ਤੇ ਸੋ ਫਰਸਟ ਹੀ April ਦਾ ਹਾਂਜੀ ਸੋ April ਦੇ ਫਰਸਟ ਲਾਈਵ ਤੇ ਉੱਪਰ ਸੋ ਸੋ ਫਾਰ ਜੇ ਆਪਾਂ ਦੇਖੀਏ ਤਾਂ ਮਾਰਕੀਟ ਮਾਰਕੀਟ March ਦੇ ਵਿੱਚ ਜਾਂ ਫਰਸਟ ਕੁਆਟਰ ਦੇ ਵਿੱਚ 2024 ਦੇ ਕਾਫੀ ਵਧੀਆ ਰਹੀ ਤੇ 2024 ਦਾ ਸੈਕੰਡ ਕੁਆਟਰ ਜਿਹੜਾ ਸਟਾਰਟ ਆ ਉਹ ਕਾਫੀ ਉਥਲ-ਪੁਥਲ ਵਾਲਾ ਹੋਇਆ ਸੋ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਾਫੀ ਇੰਟਰਸਟਿੰਗ ਈਵੈਂਟ ਹੋਏ ਨੇ ਲਾਸਟ ਵੀਕ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਥੋੜਾ ਜਿਹਾ ਟੱਚ ਕਰਨਾ ਆ ਤੇ ਈਵੈਂਟ ਦੇ ਜਾਣ ਤੋਂ ਪਹਿਲਾਂ ਜਾਂ ਟੱਚ ਕਰਨ ਦੇ ਪਹਿਲਾਂ ਮਾਰਕੀਟ ਤੋਂ ਨਾਲ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਸੋ ਅੱਜ ਮੈਂ ਕੀ ਕਰ ਰਿਹਾ ਸੀ ਜੀ ਅੱਜ ਬੜੇ ਸਾਲਾਂ ਬਾਅਦ ਆਲਮੋਸਟ 4 ਸਾਲਾਂ ਬਾਅਦ ਨਾ ਮੈਂ ਪੇਚਾਂ ਵਾਲੀ ਪੱਗ ਬੰਨ ਰਿਹਾ ਹਾਂ ਸੋ ਵਟਾਂ ਵਾਲੀ ਬੰਨਣੀ ਸ਼ੁਰੂ ਕਰ ਦਿੱਤੀ ਸੀ ਕੋਵਿਡ ਤੋਂ ਬਾਅਦ ਸੋ ਕੀ ਕੀਤਾ ਕਿ ਜਦੋਂ ਮੈਂ ਪੇਚਾਂ ਵਾਲੀ ਪੱਗ ਬੰਨ ਰਿਹਾ ਸੀ ਤੇ ਉਹ ਸੈੱਟ ਨਹੀਂ ਆ ਰਹੀ ਕਾਫੀ ਜ਼ੋਰ ਅਜਮਾਈ ਉਹ ਜਦੋਂ ਬੰਨੀ ਨਹੀਂ ਆਪਣੇ ਆਪ ਨੂੰ ਥੋੜਾ ਜਿਹਾ ਔਡਜਾ ਲੱਗਾ ਸੋ ਬੰਦੇ ਬੰਦੇ ਮੇਰੇ ਦਿਮਾਗ ਦੇ ਵਿੱਚ ਇਹ ਚੀਜ਼ ਆਈ ਕਿ ਜੇ ਤੁਸੀਂ ਮੰਨ ਲਓ ਕਿ ਮੈਂ ਇੱਕ ਦਿਨ ਵੱਟਾਂ ਵਾਲੀ ਇੱਕ ਦਿਨ ਪੇਚਾਂ ਵਾਲੀ ਜਾਂ ਹਫਤਾਕ ਵੱਟਾਂ ਵਾਲੀ ਪੱਗ ਹਫਤਾਕ ਪੇਚਾਂ ਵਾਲੀ ਪੱਗ ਬਨੂੰਗਾ ਤੇ ਉਹਦੇ ਨਾਲ ਕੀ ਹੋਊਗਾ ਕਿ ਮੇਰੀ ਕੰਸਿਸਟੈਂਸੀ ਨਹੀਂ ਰਹੂਗੀ ਤੇ ਮੈਂ ਦੋਵਾਂ ਚੀਜ਼ਾਂ ਨੂੰ ਮਾਸਟਰ ਨਹੀਂ ਕਰ ਪਾਉਂਗਾ ਠੀਕ ਹੈ ਹੁਣ ਜੇ ਮੈਂ ਵੱਟਾਂ ਵਾਲੀ ਪੱਗ ਬਨਣੀ ਹੋਵੇ ਤਾਂ ਮੈਨੂੰ 2 ਮਿੰਟ ਲੱਗਦੇ ਆ ਬਟ ਇਹ ਬਨਣ ਨੂੰ ਟਾਈਮ ਲੱਗ ਗਿਆ ਇਦਾਂ ਹੀ ਟਰੇਡਿੰਗ ਦੇ ਵਿੱਚ ਆ ਫਿਰ ਆਪਣੀ ਸੂਈ ਉੱਥੇ ਟਰੇਡਿੰਗ ਤੇ ਜਾ ਕੇ ਹੀ ਅੜਨੀ ਹੁੰਦੀ ਹੈ ਕਿ ਟਰੇਡਿੰਗ ਦੇ ਵਿੱਚ ਜੇ ਤੁਸੀਂ ਇੱਕ ਸਟਰੈਟਜੀ ਇੱਕ ਦਿਨ ਯੂਜ਼ ਕਰ ਲਈ ਦੂਜੀ ਦੂਜੇ ਦਿਨ ਤੀਜੀ ਕੋਈ ਹੋਰ ਫਿਰ ਹਫ਼ਤੇ ਬਾਅਦ ਸਟਰੈਟਜੀ ਕੋਈ ਡਿਫਰੈਂਟ ਚ ਯੂਜ਼ ਕਰਨ ਲੱਗੇ ਤੇ ਉਹਦੇ ਨਾਲ ਕੀ ਹੋਣਾ ਜੀ ਕੰਸਿਸਟੈਂਸੀ ਨਹੀਂ ਆਉਣੀ ਸੋ ਇਹ ਆ ਕਿ ਪੱਗ ਬੰਦਿਆ ਬੰਦਿਆ ਵਿਚਾਰ ਆਇਆ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰਦਾ ਸੋ ਵੈਸੇ ਵਧੀਆ ਬੰਨੀ ਆ ਕਿ ਨਹੀਂ ਥੋੜੀ ਵਧੀਆ ਬੱਜ ਗਈ ਆ ਸੋ ਇਹ ਗੱਲ ਬਾਤ ਆ ਕਿ ਸਟਰੈਟਜੀ ਹਰ ਵੀਕ ਚੇਂਜ ਨਹੀਂ ਕਰਨੀ ਇੱਕ ਨੂੰ ਫੜੋ ਉਹਨੂੰ ਮਾਸਟਰ ਕਰੋ ਵੀਕ ਆਫਟਰ ਵੀਕ ਵੀਕ ਆਫਟਰ ਵੀਕ ਵੀਕ ਆਫਟਰ ਵੀਕ ਉਹਨੂੰ ਰਿਪੀਟ ਕਰੋ ਤੇ ਫੇਰ ਹੀ ਤੁਸੀਂ ਟਰੇਡਿੰਗ ਦੇ ਵਿੱਚ ਕਾਮਯਾਬ ਹੋ ਸਕਦੇ ਆ ਜਾਂ ਆਪਾਂ ਕਹਿ ਸਕਦੇ ਕਾਮਯਾਬ ਹੋਣ ਦੇ ਚਾਂਸ ਆ ਇਫ ਯੂ ਸਟਿਕ ਵਿਦ ਵਨ ਸਟ੍ਰੈਟਜੀ ਸੋ ਅੱਗੇ ਸ਼ੁਰੂ ਕਰਦੇ ਆਂ ਜੀ ਗੱਲਬਾਤ ਫਿਰ ਹੁਣ ਮਾਰਕੀਟ ਤੇ ਆ ਜੰਨੇ ਆ ਪੱਗ ਤੋਂ ਸੋ ਲਾਸਟ ਵੀਕ ਦੇ ਵਿੱਚ ਕੀ ਕੁਝ ਹੋਇਆ ਜੀ ਸੋ ਲਾਸਟ ਵੀਕ ਦੇ ਵਿੱਚ ਸਭ ਤੋਂ ਪਹਿਲਾਂ ਤੇ ਮੰਡੇ ਸਟਾਰਟ ਹੁੰਦੇ ਆਂ ਨਾਲ ਦੀ ਨਾਲ ਕੀ ਹੋਇਆ ਕਿ ਬੌਂਡ ੀਲਡ ਆ ਜਿਹੜਾ ਉਹ ਪੰਪ ਕੀਤਾ ਤੇ ਸਟਾਕ ਮਾਰਕੀਟ ਥੱਲੇ ਡਿੱਗੀ। ਸੋ ਬੌਂਡ yield ਕੀ ਹੁੰਦਾ ਥੋੜਾ ਜਿਆਦੇ ਥਰੂ ਜਾਣੇ ਆ। ਸੋ Let me bring another screen here ਜਾਂ bond yield US30Y ਦਾ ਆਪਾਂ ਚਾਰਟ ਦੇਖ ਰਹੇ ਆ TradingView ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। US30Y ਦਾ ਚਾਰਟ ਸੋ ਹੌਲੀ 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 ਆਪ ਟ੍ਰੈਂਡ ਦੇ ਵਿੱਚ ਸੀ। ਸੋ ਇੰਟਰਸਟ ਰੇਟ ਹੋਲਡ ਕੀਤਾ ਹੋਇਆ ਤੇ ਇਹ ਵੀ ਆਪ ਟ੍ਰੈਂਡ ਦੇ ਵਿੱਚ ਸੀ। ਤੋਂ ਲਾਸਟ ਵੀਕ ਇੱਕਦਮ ਜੰਪ ਕੀਤਾ ਤੇ ਮਾਰਕੀਟ ਇਹਦੇ ਆਪੋਜ਼ਿਟ ਚੱਲਦੀ ਆ। ਜੀ ਉੱਪਰ ਨੂੰ ਜਾ ਰਿਹਾ ਤੇ ਮਾਰਕੀਟ ਦੇ ਥੱਲੇ ਡਿੱਗਣ ਦੇ ਚਾਂਸ ਆ। ਸੋ ਲਾਸਟ ਟਾਈਮ ਮੈਂ ਕਾਫੀ ਉੱਪਰ ਜਦੋਂ ਗਿਆ ਸੀ ਮਾਰਕੀਟ ਥੱਲੇ ਡਿੱਗੀ ਫਿਰ ਥੱਲੇ ਡਿੱਗਣਾ ਸ਼ੁਰੂ ਹੋ ਗਿਆ ਤੇ ਮਾਰਕੀਟ ਉੱਪਰ ਜਾਣੀ ਸ਼ੁਰੂ ਹੋ ਗਈ ਸੁਣ ਕੀ ਹੈ ਕਿ ਥੋੜੇ ਟਾਈਮ ਤੋਂ ਇੱਕ ਇੱਕ ਆਪਾਂ ਕਹਿ ਸਕਦੇ ਆ 네ਗੇਟਿਵ ਪ੍ਰੈਸ਼ਰ ਪੈਣਾ ਬੌਂਡ ੀਲਡ ਦਾ ਸ਼ੁਰੂ ਹੋਇਆ ਤੇ ਇੱਕ ਜਦੋਂ ਨੇ ਬ੍ਰੇਕਆਊਟ ਜੀ ਕੀਤੀ ਆ ਤੇ ਉਹ ਨਿਊਜ਼ ਕਾਫੀ ਆਈ ਮਾਰਕੀਟ ਦੇ ਵਿੱਚ ਫੇਰ ਦੁਬਾਰਾ ਤੇ ਉਹਦੇ ਨਾਲ ਥੱਲੇ ਡਿੱਗੀ ਆ ਸਟਿਲ ਉੱਪਰ ਮੈਨੂੰ ਲੱਗਦਾ ਕਿ ਇਸ ਈਰੀਏ ਤੱਕ ਨੈਕਸਟ ਵੀਕ ਦੇ ਵਿੱਚ ਜੇ ਜਾਂਦਾ ਹੈ ਤਾਂ ਮਾਰਕੀਟ ਦੇ ਉੱਪਰ ਸਟਿਲ ਜੇ ਇੱਕ ਦਿਨ ਪੰਪ ਹੁੰਦਾ ਆ ਤੇ 네ਗੇਟਿਵ ਪ੍ਰੈਸ਼ਰ ਆਪਾਂ ਨੂੰ ਦੇਖਣ ਨੂੰ ਮ 4.673 ਦੇ ਨੇੜੇ ਤੇੜੇ ਕਿਉਂਕਿ ਪਾਸਟ ਦੇ ਵਿੱਚ ਜਿਆ ਪਹਿਲਾ ਹੀ ਚਾਰਟ ਬਣਿਆ ਆ ਇੱਥੋਂ ਕਾਫੀ ਵਧੀਆ ਬਾਉਂਸ ਕੀਤਾ ਆ ਦੇਖਦੇ ਆ 4.673 ਦੇ ਨੇੜੇ ਜਾ ਕੇ ਜੇ ਰਿਜੈਕਟ ਹੁੰਦਾ ਬੌਂਡ ੀਲਡ ਤਾਂ ਮਾਰਕੀਟ ਜੇ ਰਿਜੈਕਟ ਹੋ ਕੇ ਥੱਲੇ ਡੇਕਦਾ ਤਾਂ ਮਾਰਕੀਟ ਥੋੜਾ ਜਿਹਾ ਫੇਰ ਇੱਕ ਰੀ ਉੱਪਰ ਨੂੰ ਜਾਣਾ ਸ਼ੁਰੂ ਕਰੂਗੀ ਸੋ ਇਹਨੂੰ ਤੁਸੀਂ ਨੈਕਸਟ ਵੀਕ ਦੇ ਵਿੱਚ ਜ਼ਰੂਰ ਵਾਚ ਕਰਨਾ ਜੀ ਹੋ ਸਕਦਾ ਮੇਨ ਸਟ੍ਰੀਮ ਮੀਡੀਆ ਜਾਂ ਮੇਨ ਨਿਊਜ਼ ਆ ਜਿੱਦਾਂ ਸੀਐਨਬੀਸੀ ਆ ਬਲੂਮਬਰਗ ਵਾਲੇ ਆ ਜੋ ਇਸ ਚੀਜ਼ ਨੂੰ ਵਾਰ-ਵਾਰ ਟੱਚ ਕਰਦੇ ਨੇ ਕਿ ਬੌਂਡ ੀਲਡ ਉੱਪਰ ਜਾ ਰਿਹਾ ਥੱਲੇ ਜਾ ਰਿਹਾ ਤੇ ਉਹ ਮਾਰਕੀਟ ਦੇ ਉੱਪਰ ਫਿਰ ਕਾਫੀ ਇੱਕ ਪ੍ਰੈਸ਼ਰ ਪਾਊਗਾ ਸਾਰੇ ਨਿਵੇਸਟਰ ਦਾ ট্রেਡਰ ਦਾ ਧਿਆਨ ਉਹਨਾਂ ਖਿੱਚ ਕੇ ਇਸ ਚੀਜ਼ ਦੇ ਉੱਪਰ ਲੈ ਆਉਣਾ ਤੇ ਉਹਨਾਂ ਇਹਦੇ ਨਾਲ ਮਾਰਕੀਟ ਨੂੰ ਟ੍ਰੇਡ ਕਰਨਾ ਸ਼ੁਰੂ ਕਰ ਦੇਣਾ ਆ ਸੋ ਇਸ ਲਈ ਨੈਕਸਟ ਵੀਕ ਆ ਟਰੇਡਿੰਗ ਦੇ ਵਿੱਚ ਤੁਸੀਂ ਇਹਨੂੰ ਜ਼ਰੂਰ ਵਾਚ ਕਰਨਾ ਜੀ ਸੋ ਥਿਸ ਇਜ਼ ਦਾ ਫਰਸਟ ਥਿੰਗ ਆਈ ਵਾਂਟਡ ਟੂ ਟੱਚ ਸੋ ਹੋ ਫੜੀ ਤੁਸੀਂ ਅੰਡਰਸਟੈਂਡ ਕਰ ਗਏ ਹੋਗੇ ਨੈਕਸਟ ਆ ਜੀ ਨੈਕਸਟ ਵੀਕ ਆ ਲਾਸਟ ਵੀਕ ਸੌਰੀ ਥਰਸਡੇ ਮਾਰਕੀਟ ਕਾਫੀ ਜ਼ਿਆਦੀ ਡ੍ਰੌਪ ਹੋਈ ਇੱਕਦਮ ਤੁਹਾਡੇ ਚੋ ਕਈ ਵੀਰਪਰਾ ਮਾਰਕੀਟ ਦੇ ਵਿੱਚ ਐਂਟਰ ਹੋਏ ਵਧੀਆ ਪ੍ਰੋਫਿਟ ਬਣਾਇਆ ਕਈ ਤੇ ਕਈ ਮੇਰੇ ਵਾਂਗੂ ਐਂਟਰ ਹੋ ਹੀ ਨਹੀਂ ਸਕੇ ਕਿਉਂਕਿ ਮੈਂ ਪਹਿਲਾਂ ਹੀ ਡੇ ਡਨ ਕਰਕੇ ਤੇ ਚਲ ਗਿਆ ਸੀ ਤੇ ਜਿੱਦਾਂ ਮਾਰਕੀਟ ਮੰਡੇ ਟਿਊਜ਼ਡੇ ਵੈਨਸਡੇ ਚੱਲ ਰਹੀ ਸੀ ਐਕਸਪੈਕਟਿਡ ਹੀ ਕਿ ਸ਼ਾਇਦ ਸਲੋਈ ਚੱਲੇ ਲਾਸਟ 1 ਆਵਰ ਚ ਥੋੜੀ ਮੂਵ ਹੋ ਸਕਦੀ ਹੈ ਬਟ ਇੰਨੀ ਵੱਡੀ ਮੂਵ ਹੋ ਸਕਦੀ ਆ ਉਹ ਐਕਸਪੈਕਟਿਡ ਨਹੀਂ ਸੀ ਟੂ ਬੀ ਓਨੈਸਟ ਮੈਨੂੰ ਤੇ ਆਪਾਂ ਬੰਦ ਕਰਕੇ ਚਲ ਗਏ ਸਿਸਟਮ ਹਾਂ ਬਟ ਜੇ ਤੁਹਾਡੇ ਜੋ ਕਿਸੇ ਨੇ ਪ੍ਰੋਫਿਟ ਬਣਾਇਆ ਤਾਂ ਕੰਗ੍ਰੈਚੁਲੇਸ਼ਨ ਬਹੁਤ ਵਧੀਆ ਜੇ ਨਹੀਂ ਬਣਾਇਆ ਤਾਂ ਕੋਈ ਚੱਕਰ ਨਹੀਂ ਇਦਾਂ ਦੇ ਮੌਕੇ ਆਉਂਦੇ ਰਹਿਣੇ ਆ ਮਾਰਕੀਟ ਦੇ ਵਿੱਚ ਸੋ ਮਾਰਕੀਟ ਥਰਸਡੇ ਕਿਉਂ ਏਰੀਏ ਹੁੰਦੇ ਆ ਜਿੱਥੇ ਐਲਗੋਰਿਦਮ ਨੇ ਹਿੱਟ ਕਰਨਾ ਹੁੰਦਾ ਤੇ ਮਾਰਕੀਟ ਨੇ ਉੱਥੇ ਮੂਵ ਕਰਨਾ ਸੈਕੰਡ ਉਹਨੂੰ ਜਿਹੜਾ ਹੈਡਲਾਈਨ ਫੀਡ ਹੁੰਦੀਆਂ ਨੇ ਉਹਦੇ ਵਿੱਚ ਜਿਹੜੇ ਮਿਨੀ ਐਪਲਸ ਤੇ ਫੈਡਰਲ ਰਿਜ਼ਰਵ ਪ੍ਰੈਜ਼ੀਡੈਂਟ ਆ ਦੀ ਕਾਸ਼ਕਾਰੀ ਉਹਨਾਂ ਨੇ ਸਪੀਚ ਦਿੱਤੀ ਕਿ ਜੇ ਇਨਫਲੇਸ਼ਨ ਜਿਹੜੀ ਆ ਉਹ ਸਾਈਡਵੇਸ ਇਦਾਂ ਹੀ ਚੱਲਦੀ ਰਹਿੰਦੀ ਆ 3.1 3.2 3.3 3.1 2 ਇਸਕਾ ਏਰੀਆ ਦੇ ਵਿੱਚ CPI ਡਾਟਾ ਰਹਿੰਦਾ ਆ ਤਾਂ ਹੋ ਸਕਦਾ ਕਿ ਇੰਟਰਸਟ ਰੇਟ ਘਟੇ ਇਸ ਸਾਲ ਦੇ ਵਿੱਚ ਕੋਈ ਵੀ ਨਾਵੇ ਜਣੇ ਕਿ ਆਪਾਂ ਕਹਿ ਸਕਦੇ ਹਾਂ ਇੱਕ ਪਹਿਲੇ ਫੈਡ ਸਪੀਕਰ ਜਿਨ੍ਹਾਂ ਨੇ ਸਪੀਚ ਦਿੱਤੀ ਤੇ ਜਿਸ ਨੂੰ ਰਾਈਟ ਵੇ ਮਾਰਕੀਟ ਨੇ ਰिएक्ट ਕੀਤਾ ਤੇ ਮਾਰਕੀਟ ਬਹੁਤ ਜ਼ਿਆਦਾ ਥੱਲੇ ਡਿੱਗੀ। ਸੋ ਇੱਕ ਇਹ ਇਵੈਂਟ ਸੀ ਜਾਂ ਇੱਕ ਨਿਊਜ਼ ਆਈ ਮਾਰਕੀਟ ਦੇ ਵਿੱਚ ਜਿਨ੍ਹਾਂ ਨੇ ਥਰਸਡੇ ਮਾਰਕੀਟ ਨੂੰ ਡ੍ਰੌਪ ਕੀਤਾ। ਟੈਸਲਾ ਦੇ ਡਿਲੀਵਰੀ ਨੰਬਰਸ ਜਿੱਦਾਂ ਆਪਾਂ ਸਾਰੇ ਐਕਸਪੈਕਟ ਕਰ ਹੀ ਰਹੇ ਸਾਂ ਕਿ ਵੀਕ ਆ ਸਕਦੇ ਆ ਕਿਉਂਕਿ ਚਾਈਨਾ ਦੇ ਵਿੱਚ ਉਹਨਾਂ ਦੀ ਥੋੜੀ ਜਿਹੀ ਜਿਹੜੀ ਪ੍ਰੋਡਕਸ਼ਨ ਉਹ ਡਿਕਰੀਜ਼ ਹੋਈ ਫਿਰ ਜਰਮਨੀ ਦੇ ਵਿੱਚ ਥੋੜਾ ਜਿਹਾ ਪਲਾਂਟ ਇੱਕ ਵਾਰੀ ਬੰਦ ਰਿਹਾ ਫਸਟ ਕੁਆਟਰ ਦੇ ਵਿੱਚ ਲਾਈਟ ਦੇ ਕਰਕੇ। ਸੋ ਡਿਲੀਵਰੀ ਨੰਬਰਸ ਥੋੜੇ ਜੇ ਵੀਕ ਸੀ ਨਾਲ ਦੀ ਨਾਲ ਕੰਪੀਟੀਸ਼ਨ ਦੂਸਰੀਆਂ ਕੰਪਨੀਆਂ ਤੋਂ ਮਿਲਣਾ ਸ਼ੁਰੂ ਹੋਇਆ ਜਿਹਦੇ ਬਾਰੇ ਡਿਟੇਲ ਵੀਡੀਓ ਮੈਂ ਟੈਸਲਾ ਦੇ ਬਾਰੇ ਲਾਸਟ ਵੀਕ ਦੇ ਵਿੱਚ ਸ਼ੇਅਰ ਕੀਤੀ ਆ ਜੇ ਤੁਹਾਡੇ ਜੋ ਕਿਸੇ ਨੇ ਨਹੀਂ ਦੇਖੀ ਤਾਂ ਆਪਣੇ ਇਸ YouTube ਚੈਨਲ ਤੇ ਪਈ ਹੋਣੀਆਂ ਵੀਡੀਓਸ ਦੇ ਵਿੱਚ ਜਾ ਕੇ ਦੇਖ ਲਿਓ ਕਿ ਟੈਸਲਾ ਕਿਉਂ ਕਰ ਰਿਹਾ ਇਦਾਂ ਕਿੱਥੇ ਜਾ ਸਕਦਾ ਸਟਾਕ ਕਿੱਥੋਂ ਬਾਏ ਕਰ ਸਕਦੇ ਆ ਕੀ ਹੋ ਸਕਦਾ ਸੋ ਵੀਕ ਡਿਲੀਵਰੀ ਨੰਬਰ ਸੀ ਉਹਦੇ ਕਰਕੇ ਟੈਸਲਾ ਥੋੜਾ ਡ੍ਰੌਪ ਹੋਇਆ ਫਿਰ ਉਸ ਤੋਂ ਬਾਅਦ ਫਿਰ ਇੱਕ ਨਿਊਜ਼ ਆ ਗਈ ਕਿ ਟੈਸਲਾ ਨੇ ਜਿਹੜੀ ਆਪਣੀ ਇੱਕ ਸਸਤੀ ਕਾਰ ਆਰਾਊਂਡ ਸ਼ਾਇਦ 25 30000 ਦੇ ਰਾਊਂਡ ਕਹਿੰਦੇ ਸੀ ਜਿਹੜੀ ਕਾਰ ਲਾਂਚ ਕਰਨੀ ਆ ਉਹ ਕੈਨਸਲ ਕਰ ਦਿੱਤਾ ਪਲਾਨ ਉਹਦੇ ਕਰਕੇ ਸਟਾਕ ਫੇਰ ਇੱਕਦਮ ਡਿੱਗਾ ਨਾਲ ਫੇਰ ਪੋਜ਼ਿਟਿਵ ਨਿਊਜ਼ ਆ ਗਈ ਕਿ ਟੈਸਲਾ ਜਿਹੜੀ ਰੋਬੋ ਟੈਕਸੀ ਉੱਤੇ ਕੰਮ ਕਰ ਰਿਆ ਸੋ ਉਹਨੂੰ ਲਾਂਚ ਕਰਨਗੇ ਯਾਨੀ ਕਿ ਲਾਂਚ ਇਦਾਂ ਹੀ ਆ ਕਿ ਜਿੱਦਾਂ ਸਾਈਬਰ ਟਰੱਕ ਨੂੰ ਅੱਜ ਤੋਂ 4 ਸਾਲ ਪਹਿਲਾਂ ਕੀਤਾ ਸੀ ਇਹ ਨਹੀਂ ਕਿ ਉਹਨੂੰ ਆ ਹੀ ਜਾਣੀ ਆ ਰੋਬੋ ਟੈਕਸੀ ਬਟ ਉਹਨੂੰ ਇੰਟਰੋਡਿਊਸ ਕਰਨਗੇ ਸੋ ਉਹਦੇ ਕਰਕੇ ਫੇਰ ਸਟਾਕ ਨੇ ਕਾਫੀ ਵਧੀਆ ਇੱਕ ਪੰਪ ਕਰ ਲਿਆ ਸੀ ਗੁੱਡ ਏਰੀਆ ਦੇ ਉੱਪਰੋਂ ਸੋ ਟੈਸਲਾ ਦੀ ਅਰਨਿੰਗ ਕਾਫੀ ਇੰਟਰਸਟਿੰਗ ਹੋਊਗੀ ਦੇਖਣੀ ਅਰਨਿੰਗ ਦੇ ਵਿੱਚ ਕੀ ਸ਼ੇਅਰ ਕਰਦੇ ਆ ਕੀ ਗੱਲਬਾਤ ਹੁੰਦੀ ਆ ਸੋ ਇਸ ਲਈ ਉਦੋਂ ਤੱਕ ਹੋ ਸਕਦਾ ਸਟਾਕ ਸਾਈਡਵੇ ਚੱਲੀ ਜਾਵੇ ਜਾਂ ਇੱਕ ਡੇ ਟ੍ਰੇਡਿੰਗ ਕਰ ਲਈ ਵਧੀਆ ਹੋ ਸਕਦਾ ਬਟ ਇਹਦੇ ਵਿੱਚ ਜੇ ਫਰਾਈਡੇ ਕੋਈ ਆਪਣੇ ਨਾਲ ਸੀ ਤਾਂ ਫਰਾਈਡੇ ਤੁਹਾਨੂੰ ਮੈਂ ਦੱਸਿਆ ਸੀ ਕਿ 161 ਵਾਲਾ ਏਰੀਆ ਉਸ ਵੀਡੀਓ ਦੇ ਵਿੱਚ ਵੀ ਸ਼ੇਅਰ ਕੀਤਾ ਸੀ ਤੇ ਉੱਥੋਂ ਤੁਹਾਡੇ ਚੋਂ ਕਈ ਵੀਰਾਂ ਨੇ ਆਪਸ਼ਨਾਂ ਬਾਏ ਕੀਤੀਆਂ ਤੇ ਵਧੀਆ ਪ੍ਰੋਫਿਟ ਬਣਾਇਆ ਪਰਸਨਲੀ ਮੈਂ ਸਟਾਕ ਦੇ ਵਿੱਚ ਐਂਟਰ ਹੋਇਆ ਸੀ ਆਈ ਐਮ ਸਟਿਲ ਹੋਲਡਿੰਗ ਇਟ ਦੇਖਦੇ ਆ ਕਿੱਥੋਂ ਤੱਕ ਜਾਂਦਾ ਸ਼ਾਇਦ 183 ਤੱਕ ਜੇ ਜਾ ਕੇ ਆਪਾਂ ਨੂੰ ਪ੍ਰੋਫਿਟ ਕੱਢਣ ਦਾ ਮੌਕਾ ਦਿੰਦਾ ਤੇ ਉਹਦੇ ਵਿੱਚੋਂ ਨਿਕਲਾਂਗੇ ਜੌਬ ਰਿਪੋਰਟ ਡਾਟਾ ਆ ਜੀ ਫਿਰ ਜੌਬ ਮਾਰਕੀਟ ਸਟਰੋਂਗ ਆ 210000 ਐਸਟੀਮੇਟਡ ਸੀ ਕਿ ਜੌਬ ਐਡ ਹੋਣਗੀਆਂ 303000 ਹੋਈਆਂ ਯਾਨੀ ਕਿ ਐਕਸਪੈਕਟੇਸ਼ਨ ਤੋਂ ਜ਼ਿਆਦਾ ਤੇ ਇੱਥੇ ਆਪਾਂ ਆਲਵੇਜ਼ ਡਿਸਕਸ਼ਨ ਕਰਦੇ ਹੁੰਦੇ ਆ ਕਿ ਜੇ ਜੌਬ ਮਾਰਕੀਟ ਸਟਰੋਂਗ ਆ ਤੇ ਇਨਫਲੇਸ਼ਨ ਦੇ ਘਟਣ ਦੇ ਚਾਂਸ ਘਟਾ ਤੇ ਇਨਫਲੇਸ਼ਨ ਦੇ ਘਟਣ ਦੇ ਚਾਂਸ ਘਟਾ ਤੇ ਇੰਟਰਸਟ ਰੇਟ ਜਿਹੜਾ ਆ ਉਹਦੇ ਘਟ ਹੋਣ ਦੇ ਵੀ ਚਾਂਸ ਆ ਫਿਰ ਉਨੇ ਸਲਿਮ ਹੋਈ ਜਾਂਦੇ ਆ ਨਾਲ ਦੀ ਨਾਲ ਸੋ ਜੌਬ ਡ੍ਰੌਪ ਹੋਣਗੀਆਂ ਨੰਬਰ ਆਫ ਜੌਬਸ ਘਟਣਗੀਆਂ ਅਨਇੰਪਲੋਇਮੈਂਟ ਰੇਟ ਕਾਫੀ ਜ਼ਿਆਦਾ ਵਧੂਗਾ ਬੈਂਕਰਪਸੀਸ ਤੇ ਨੰਬਰ ਵਧਣਗੇ ਇਨਫਲੇਸ਼ਨ ਥੱਲੇ ਡਿੱਗੂਗੀ ਜਦੋਂ ਇਹ ਤਿੰਨ ਚੀਜ਼ਾਂ ਬੈਕਐਂਡ ਤੇ ਹੋਈਆਂ ਤਾਂ ਫਿਰ ਫੈਡ ਦੇ ਵਿੱਚ ਇਨਾ ਕ ਕੌਨਫੀਡੈਂਸ ਆਉਣਾ ਕਿ ਉਹ ਇੰਟਰਸਟ ਰੇਟ ਜਿਹੜਾ ਆ ਕੌਨਫੀਡੈਂਟਲੀ ਕਹਿਣ ਕਿ ਚਲੋ ਹੁਣ ਕੱਟ ਕਰਨਾ ਸ਼ੁਰੂ ਕਰ ਦਿੰਨੇ ਆ ਰਾਈਟ ਨਾਓ ਦੇ ਆਰ ਇਨ ਦਾ ਫੀਅਰ ਜ਼ੋਨ ਕਿ ਜੇ ਅਸੀਂ ਇੰਟਰਸਟ ਰੇਟ ਟੂ अर्ਲੀ ਕੱਟ ਕਰਤਾ ਸੀਪੀਆਈ ਡਾਟਾ ਫੇਰ ਵਧਣ ਲੱਗ ਗਿਆ ਇਨਫਲੇਸ਼ਨ ਫੇਰ ਵਧਣ ਲੱਗ ਗਈ ਤਾਂ ਉਹਨੂੰ ਕੰਟਰੋਲ ਕਰਨਾ ਇਹ ਸਾਰੇ ਜਿਹੜੇ ਨੰਬਰਸ ਆ ਰਹੇ ਨੇ ਉਹ ਮਾਰਕੀਟ ਨੂੰ ਕਾਫੀ ਐਵਰੀ ਵੀਕ ਐਵਰੀ ਅਦਰ ਵੀਕ ਮੂਵ ਕਰਦੇ ਨੇ ਜਦੋਂ ਵੀ ਆਉਂਦੇ ਨੇ ਸੋ ਇਦਾਂ ਦਾ ਹੀ ਈਵੈਂਟ ਇੱਕ ਨੈਕਸਟ ਵੀਕ ਦੇ ਵਿੱਚ ਵੀ ਆ ਰਿਹਾ ਸੋ ਉਹ ਹੈਗਾ ਜੀ ਸੀਪੀਆਈ ਡਾਟਾ ਸੋ ਸੀਪੀਆਈ ਡਾਟਾ ਆਉਣਾ ਵੈਨਸਡੇ ਮਾਰਨਿੰਗ ਦੇ ਵਿੱਚ ਇਨਫਲੇਸ਼ਨ ਡਾਟਾ ਆ ਸੋ ਲਾਸਟ ਟਾਈਮ ਜਿਨੀ ਕ ਐਕਸਪੈਕਟੇਸ਼ਨ ਸੀ ਉਹਦੇ ਨੇੜੇ ਸੀ ਇਸ ਟਾਈਮ ਕਈ ਜਗ੍ਹਾ ਤੇ ਐਕਸਪੈਕਟੇਸ਼ਨ ਦੱਸੀ ਜਾ ਰਹੀ ਹੈ ਕਿ 3.5 ਦੇ ਪਰਸੈਂਟ ਆ ਇੱਥੇ ਜਿਹੜੀ ਫੈਡ ਰਿਜ਼ਰਵ ਦੀ ਮੈਂ ਵੈਬਸਾਈਟ ਤੋਂ ਸਕਰੀਨਸ਼ਾਟ ਲਿਆ ਉੱਥੇ 3.4 ਪਰਸੈਂਟ ਐਕਸਪੈਕਟਿਡ ਕੀਤਾ ਜਾ ਜਣੇ ਕਿ ਪਿਛਲੇ ਨਾਲੋਂ ਥੋੜਾ ਜਿਹਾ ਵੱਧ ਜਿਆ ਪਰ ਈਅਰ ਓਵਰ ਈਅਰ ਗੱਲ ਕਰੀਏ ਤਾਂ ਸੋ ਦੇਖਦੇ ਆ 3.5 ਜਾਂ 3.4% ਦੇ ਆਰਾਊਂਡ ਕਿੱਥੇ ਕਾਉਂਦਾ ਆ ਘਟ ਆਉਂਦਾ ਆ ਜਾਂ ਇਸ ਤੋਂ ਵੱਧ ਆਉਂਦਾ ਤੇ ਉਹਨੂੰ ਮਾਰਕੀਟ ਨੇ ਫਿਰ ਰਿਐਕਟ ਕਰਨਾ ਸੋ ਇਸ ਲਈ ਵੈਨਸਡੇ ਨੂੰ ਫਿਰ ਧਿਆਨ ਦੇ ਨਾਲ ਤੁਸੀਂ ਟ੍ਰੇਡ ਕਰਨਾ ਆ ਇਹ ਨਹੀਂ ਕਿ ਮਾਰਕੀਟ ਪ੍ਰੀ ਮਾਰਕੀਟ ਦੇ ਵਿੱਚ ਜਿੱਧਰ ਨੂੰ ਡਾਟਾ ਆ ਗਿਆ ਉਧਰ ਨੂੰ ਜਾਣੀ ਆ ਐਂਡ ਆਫ ਦਾ ਡੇ ਪਲੇ ਏਰੀਆਸ ਮੈਂ ਆਲਵੇਜ਼ ਇਹੀ ਕਹਿੰਦਾ ਹੁੰਨਾ ਕਿ ਏਰੀਆ ਪਲੇ ਕਰਨੇ ਆ ਇਕੱਲਾ ਇੱਕ ਸੈਂਟੀਮੈਂਟ ਪਲੇ ਨਹੀਂ ਕਰਨਾ ਕਿ ਮਾਰਕੀਟ ਥੱਲੇ ਡਿੱਗੀ ਜਾਣੀ ਆ ਹੁਣ ਜੇ ਤੁਸੀਂ ਦੇਖੋ ਤਾਂ ਥਰਸਡੇ ਸੋ ਐਸਲੀ ਏਰੀਆ ਪਲੇ ਕਰੋਗੇ ਤਾਂ ਵਧੀਆ ਤੁਸੀਂ ਪ੍ਰੋਫਿਟ ਬਣਾ ਸਕਦੇ ਆ ਇਨਸਟੈਡ ਕੱਲਾ ਇੱਕ ਸੈਂਟੀਮੈਂਟ ਪਲੇ ਕਰੋ ਹਾਂ ਸੈਂਟੀਮੈਂਟ ਰਾਈਟ ਵੇ نیوز ਪਲੇ ਕਰ ਸਕਦੇ ਆ ਬਟ ਇਹ ਇਵੈਂਟ ਜਿਹੜਾ ਪ੍ਰੀ ਮਾਰਕੀਟ ਦੇ ਵਿੱਚ ਆਉਣਾ ਜਿਹੜਾ ਕਿ ਪਲੇ ਕਰਨਾ ਤੁਹਾਨੂੰ ਪਤਾ ਹੀ ਆ ਕਿ ਥੋੜਾ ਜਿਆ ਔਖਾ ਆ ਸੋ ਬਾਕੀ ਜੇ ਕਿਸੇ ਦਾ ਕਿਸੇ ਸਟਾਕ ਦੇ ਰਿਲੇਟਡ ਕੁਐਸਚਨ ਆ ਤਾਂ ਲਾਈਵ ਚੈਟ ਦੇ ਵਿੱਚ ਪਾ ਦਿਓ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰ ਦਊਗਾ ਦਾ ਆਨਸਰ ਬਾਅਦ ਦੇ ਵਿੱਚ ਸੋ ਨੈਕਸਟ ਵੀਕ ਦੇ ਵਿੱਚ ਕਯੂਕਯੂ ਨੂੰ ਆਪਾਂ ਵਾਚ ਕਰਨਾ ਜੀ ਸੋ ਲਾਸਟ ਵੀਕ ਦੇ ਵਿੱਚ ਤੁਹਾਡੇ ਜੋ ਕਾਫੀ ਵੀਰਾਂ ਨੇ ਫਰਾਈਡੇ ਨੂੰ ਜੇ ਆਪਾਂ ਦੇਖੀਦਾ ਕਿਉਂ ਕਿ ਉਹਦੀ ਟ੍ਰੇਡ ਲਈ ਤੇ ਪ੍ਰੋਫਿਟ ਬਣਾਇਆ ਮਾਰਨਿੰਗ ਦੇ ਵਿੱਚ ਜਿਹੜੀ 50 ਐਸਐਮਏ ਤੁਹਾਨੂੰ ਦੱਸੀ ਹੋਈ ਸੀ ਸੋ ਰਾਈਟ ਨਾਓ ਜੇ ਤੁਸੀਂ ਮਾਰਕੀਟ ਦੇ ਵਿੱਚ ਬਿਲਕੁਲ ਨਵੇਂ ਆ ਬਿਲਕੁਲ ਫਰੈਸ਼ ਆ ਤੇ ਦੋ ਚੀਜ਼ਾਂ ਲਰਨ ਕਰ ਲਓ ਐਸਐਮਏ ਕਿਦਾਂ ਯੂਜ਼ ਕਰਨੀਆਂ 50 ਤੇ 200 ਜੇ ਉਹਨੂੰ ਯੂਜ਼ ਕਰਕੇ ਤੁਸੀਂ ਟ੍ਰੇਡ ਲੈਂਦੇ ਹੋ ਤੇ ਮੈਨੂੰ ਲੱਗਦਾ ਤੁਹਾਨੂੰ ਗੁੱਡ ਇਨਾਫ ਟ੍ਰੇਡਸ ਮਿਲ ਸਕਦੀਆਂ ਜੇ ਸਟਾਕ ਮਾਰਕੀਟ ਥੱਲੇ ਡਿੱਗਦੀ ਆ ਅਗਲੇ ਦੋ ਵੀਕਸ ਦੇ ਵਿੱਚ ਜਿੱਥੋਂ ਉੱਪਰ ਚੱਲ ਗਈ ਫਿਰ ਨਹੀਂ ਵੱਟੇ ਥੱਲੇ ਡਿੱਗੀ ਜਾਂਦੀ ਆ ਸਟਾਕ ਥੱਲੇ ਡਿੱਗ ਜਾਂਦੇ ਆ ਤੇ ਤੁਹਾਨੂੰ 50 ਐਸਐਮਏ ਜਾਂ 200 ਐਸ ਜੀ ਉਹਨੂੰ ਕਿਦਾਂ ਯੂਟਿਲਾਈਜ਼ ਕਰਨਾ ਡੇਲੀ ਕੈਂਡਲਸ ਦੇ ਉੱਪਰ ਤੇ ਕਿਦਾਂ ਉਹਨੂੰ ਦੇਖ ਕੇ ਟ੍ਰੇਡ ਲੈਣੀਆਂ ਜੇ ਤੁਸੀਂ ਇਹੀ ਮਾਸਟਰ ਕਰ ਲੈਂਦੇ ਆ ਤੇ ਇੱਕ ਵਧੀਆ ਸਵਿੰਗ ਟ੍ਰੇਡਸ ਜਾਂ ਡੇ ਟ੍ਰੇਡ ਕਰ ਸਕਦੇ ਹੋ ਸਾਈਡ ਤੇ ਆਪਣੇ ਕੰਮ ਦੇ ਨਾਲ ਨਾਲ ਇਹ ਨਹੀਂ ਕਿ ਐਵਰੀ ਡੇ ਪਰ ਕਦੀ ਕਿਤੇ ਤੁਹਾਨੂੰ ਟ੍ਰੇਡ ਜ਼ਰੂਰ ਮਿਲ ਸਕਦੀ ਹੈ ਉਹਦੇ ਵਿੱਚੋਂ ਸੋ QQ ਹੋਲਡ ਕਰ ਰਿਹਾ ਆ ਆਪਾਂ ਕੱਲ ਦੇਖਾਂਗੇ ਕੀ ਕਰਦਾ ਹੋਲਡ ਕਰਦਾ ਜਾਂ ਨੈਕਸਟ ਵੀਕ ਦੇ ਵਿੱਚ ਜਾਂ ਉਹਨੂੰ ਬ੍ਰੇਕ ਕਰਦਾ ਆ ਉਹੀ ਮੈਂ ਦੱਸਿਆ ਕਿ ਜੇ ਬੌਂਡ ੀਲਡ ਇਨਕਰੀਜ਼ ਹੋ ਗਿਆ ਤੇ ਫਿਰ ਇਹਨੇ ਬ੍ਰੇਕ ਕਰ ਜਾਣਾ ਜੇ ਉੱਥੇ ਕ ਖੜ ਜਾਂਦਾ ਆ ਜ਼ਿਆਦਾ ਨਹੀਂ ਆ ਨਾਲੇ CPI ਡਾਟਾ ਆ ਫਿਰ ਹੋ ਸਕਦਾ ਕਿ ਹੋਲਡ ਕਰੇ ਸੋ ਫਾਰ ਹੋਲਡ ਕਰ ਰਿਹਾ ਬਹੁਤ ਵਧੀਆ ਸੋ ਇੰਟਲ ਬ੍ਰਿੰਗਿੰਗ AI 에ਵਰੀਵੇਅਰ ਇਵੈਂਟ ਮੰਡੇ ਸੋ ਇੰਟਲ ਆਪਣਾ ਕੰਪਨੀ ਆਈਐਨ ਟੀਸੀ ਸਟਾਕ ਜਿਹੜਾ AI ਦੇ ਰਿਲੇਟਿਡ ਇਵੈਂਟ ਕਰ ਰਿਹਾ ਜੀ ਜਿਹਦਾ ਨਾਮ ਉਹਨਾਂ ਰੱਖਿਆ ਹੋਇਆ ਬ੍ਰਿੰਗਿੰਗ AI 에ਵਰੀਵੇਅਰ ਸੋਮਵਾਰ ਕੱਲ ਨੂੰ ਆ ਦੇਖਦੇ ਹਾਂ ਉਹਦੀ ਕਿੰਨੀ ਕੀ ਹਾਈਪ ਬਣਦੀ ਆ ਥੋੜੀ ਜਿਹੀ ਇਵੈਂਟ ਕਰਕੇ ਸਟਾਕ ਦੇ ਵਿੱਚ ਮੂਵਮੈਂਟ ਆਉਂਦੀ ਆ ਜਾਂ ਨਹੀਂ ਸੋ ਇਹਨੂੰ ਤੁਸੀਂ ਕੱਲ ਵਾਚ ਕਰ ਸਕਦੇ ਹੋ ਆਪਸ਼ਨਾਂ ਕਾਫੀ ਗੁੱਡ ਪ੍ਰਾਈਸ ਹੁੰਦੀਆਂ ਇਹਦੀਆਂ ਬਟ ਸਟਾਕ ਕਈ ਵਾਰੀ ਨਾ ਮੂਵ ਨਹੀਂ ਕਰਦਾ ਹੋ ਸਕਦਾ ਏਆਈ ਦਾ ਇਵੈਂਟ ਆ ਕੁਛ ਨਾ ਕੁਛ ਵਧੀਆ ਗੱਲਬਾਤ ਕਰਨ ਤਾਂ ਮੂਵ ਕਰ ਜੇ ਜੇ ਮੂਵ ਕਰਦਾ ਫਿਰ ਹੀ ਐਂਟਰ ਹੋਣਾ ਉਦਾਂ ਕੋਈ ਐਂਟਰ ਹੁੰਦਾ ਇਹਦੇ ਵਿੱਚ ਬੈਨੀਫਿਟ ਨਹੀਂ ਹੈਗਾ ਜੀ ਫੈਡ ਮਿਨਿਟ ਰਿਲੀਜ਼ ਹੋਣੇ ਆ ਜੀ ਜਿਹੜੀ ਲਾਸਟ ਐਫਓਐਮਸੀ ਦੀ ਮੀਟਿੰਗ ਹੋਈ ਜਿਹਦੇ ਵਿੱਚ ਉਹਨਾਂ ਇੰਟਰਸਟ ਗਿਆ ਕਿ ਅਸੀਂ ਹੋਲਡ ਕਰਾਂਗੇ ਜੇ ਕੱਟ ਨਹੀਂ ਕਰਾਂਗੇ ਸੋ ਉਹਦੀ ਜਿਹੜੀ ਇੱਕ ਸਟੇਟਮੈਂਟ ਹੁੰਦੀ ਹੈ ਉਹ ਕੱਲ ਆਪਣੀ ਵੈਨਸਡੇ ਨੂੰ ਸੌਰੀ ਰਿਲੀਜ਼ ਹੋਊਗੀ ਸੋ ਉਹ ਅਰਾਊਂਡ 2 ਵਜੇ ਈਸਟਰਨ ਟਾਈਮ ਟੋਰਾਂਟੋ ਟਾਈਮ ਨਿਊਯਾਰਕ ਟਾਈਮ ਰਿਲੀਜ਼ ਹੁੰਦੀ ਹੈ ਤੇ ਉਹਦੇ ਵਿੱਚ ਜਿਹੜੀ ਆ ਜਦੋਂ ਫੈਡ ਮਿਨਟ ਰਿਲੀਜ਼ ਹੁੰਦੇ ਆ ਉਹ ਵੀ ਕਾਫੀ ਮਾਰਕੀਟ ਨੂੰ ਇੱਕਦਮ ਮੂਵ ਕਰਦੇ ਆ ਸੋ ਜੇ ਤੁਸੀਂ ਦੇਖੋ ਤਾਂ ਕਾਫੀ CPI ਡਾਟਾ ਇਵੈਂਟ ਹੈਗਾ ਜੀ ਫੈਡ ਮਿਨਟ ਹੈਗੇ ਆ ਜਿਹੜੇ ਮਾਰਕੀਟ ਨੂੰ ਮੂਵ ਕਰ ਸਕਦੇ ਆ ਨੈਕਸਟ ਵੀਕ ਦੇ ਵਿੱਚ ਉਸ ਤੋਂ ਬਾਅਦ ਫਿਰ ਆ ਜਾਂਦਾ ਈ ਥਰਸਡੇ ਨੂੰ ਮਾਰਨਿੰਗ ਦੇ ਵਿੱਚ PPI ਡਾਟਾ ਸੋ ਇਹ ਵੀ ਇੱਕ ਇਨਫਲੇਸ਼ਨ ਦਾ ਡਾਟਾ ਆ ਸੋ ਇਹਦੇ ਨਾਲ ਫਿਰ ਥਰਸਡੇ ਨੂੰ ਮਾਰਕੀਟ ਮੂਵ ਹੋ ਸਕਦੀ ਆ ਸੋ ਕਾਫੀ ਇਵੈਂਟ ਮਾਰਕੀਟ ਦੇ ਵਿੱਚ ਡੇ ਆਫਟਰ ਡੇ ਜਿਹੜੇ ਮੂਵ ਕਰ ਸਕਦੇ ਆ ਸੋ ਇੱਥੇ ਕਈ ਵੀਰਾਂ ਦਾ ਕੁਐਸਚਨ ਆ ਜਾਂਦਾ ਜੇ ਆਪਾਂ ਆਲਵੇਸ ਡਿਸਕਸ ਕਰਦੀ ਹੁੰਦੀ ਆ ਕਿ ਕਿ ਜਦੋਂ ਕੋਈ ਵੀ ਇਦਾਂ ਦਾ ਇਵੈਂਟ ਆਉਣਾ ਹੁੰਦਾ ਹੈ ਮੋਸਟਲੀ ਵੱਡੇ ਟਰੇਡਰ ਉਹ ਮਾਰਕੀਟ ਚ ਬਾਹਰ ਬੈਹ ਜਾਂਦੇ ਨੇ ਫੋਰ ਐਗਜ਼ਾਮਪਲ ਸੀਪੀਆਈ ਡਾਟਾ ਹੁਣ ਫੈਡ ਮਿਨਿਟਸ ਆਉਣੇ ਆ ਉਹਨਾਂ ਮੰਡੇ ਜਾਂ ਟਿਊਜ਼ਡੇ ਨੂੰ ਉਹਨਾਂ ਕਹਿੰਦੇ ਕਿ ਮਾਰਕੀਟ ਚ ਆਪਾਂ ਟਰੇਡ ਨਹੀਂ ਕਰਦੇ ਸੋ ਲੈਟਸ ਸੀ ਕਿ ਲੈਟਸ ਸੀ ਕਿ ਇਵੈਂਟ ਕੀ ਆਉਂਦੇ ਨੇ ਕਲੀਅਰ ਪਿਕਚਰ ਆਪਣੇ ਸਾਹਮਣੇ ਆ ਜੂਗੀ ਫਿਰ ਆਪਾਂ ਟਰੇਡ ਕਰਨਾ ਸ਼ੁਰੂ ਕਰਦੇ ਆ ਦੈਨ ਵੀਲ ਕਮ ਬੈਕ ਇਨ ਦਾ ਮਾਰਕੀਟ ਸੋ ਇਸ ਕਰਕੇ ਮੰਡੇ ਟਿਊਜ਼ਡੇ ਕਈ ਵਾਰੀ ਮਾਰਕੀਟ ਸਲੋ ਹੋ ਜਾਂਦੀ ਜਦੋਂ ਇਦਾਂ ਦਾ ਵੀਕ ਹੋਵੇ ਇਸ ਵਾਰੀ ਹੁੰਦੀ ਆ ਜਾਂ ਨਹੀਂ ਵੀਲ ਸੀ ਜਦੋਂ ਜਿੱਦਾਂ ਮੈਂ ਸੋ ਜਿੱਦਾਂ ਮਾਰਕੀਟ ਚੱਲੂਗੀ ਉਸ ਹਿਸਾਬ ਨਾਲ ਹੀ ਚੱਲਾਂਗੇ ਜੇ ਮਾਰਕੀਟ ਸਲੋ ਆ ਲਾਸਟ ਵੀਕ ਦੇ ਵਿੱਚ ਵੀ ਆਪਾਂ ਕੀ ਕੀਤਾ ਕਿ ਮਾਰਕੀਟ ਸਲੋ ਸੀ ਪਹਿਲੇ 2-3 ਦਿਨ ਆਪਾਂ ਸਟੈਪ ਬੈਕ ਕੀਤਾ ਜਿਆਦੀਆਂ ਟਰੇਡਾਂ ਨਹੀਂ ਕੀਤੀਆਂ ਇੱਕ-ਇੱਕ ਦੋ-ਦੋ ਟਰੇਡਾਂ ਕੀਤੀਆਂ ਦਿਨ ਦੇ ਵਿੱਚ ਤੇ ਆਪਾਂ ਬੰਦ ਕਰਦੇ ਰਹੇ ਤੇ ਥਰਸਡੇ ਮਾਰਕੀਟ ਵਧੀਆ ਮੂਵ ਕੀਤੀ ਥਰਸਡੇ ਮਾਰਕੀਟ ਵਧੀਆ ਓਪਰਚੁਨਿਟੀ ਮਿਲੀ ਤੇ ਆਪਾਂ ਵਧੀਆ ਟਰੇਡ ਕਰਕੇ ਆਪਣਾ ਵੀਕ ਜਿਹੜਾ ਆ ਬਹੁਤ ਵਧੀਆ ਪ੍ਰੋਫਿਟ ਦੇ ਵਿੱਚ ਲੱਗੇ ਸੋ ਇਸੇ ਕਰ ਇਦਾਂ ਹੀ ਆਪਾਂ ਨੈਕਸਟ ਵੀਕ ਦੇ ਵਿੱਚ ਵੀ ਦੇਖਣਾ ਮੰਡੇ ਟਿਊਜ਼ਡੇ ਜੇ ਮਾਰਕੀਟ ਸਲੋ ਚੱਲਦੀ ਆ ਕੋਈ ਕਾਰ ਨਹੀਂ ਜੇ ਮਾਰਕੀਟ ਫਾਸਟ ਚੱਲੂਗੀ ਤੇ ਆਪਾਂ ਵੀ ਉਹਦੇ ਨਾਲ ਚੱਲਾਂਗੇ ਜੇ ਸਲੋ ਆ ਸਲੋ ਆ ਫਿਰ ਵੈਨਸਡੇ ਤੋਂ ਬਾਅਦ ਸੀਪੀਆਈ ਡਾਟਾ ਆ ਜਾਣਾ ਫਿਰ ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਹੋ ਸਕਦਾ ਹੋਰ ਮੋਮੈਂਟਮ ਆ ਜੇ ਜੇ ਸਲੋ ਚੱਲਦੀ ਹੈ ਪਹਿਲਾਂ ਤਾਂ ਤੇ ਜੇ ਪਹਿਲਾਂ ਹੀ ਫਾਸਟ ਆ ਫਿਰ ਆਪਾਂ ਨਾਲ ਦੀ ਨਾਲ ਫੱਟੇ ਚੱਕਾਂਗੇ ਜੀ ਸੋ ਆ ਰਿਪੀਟ ਹੋ ਗਿਆ ਜੀ ਸੌਰੀ ਸੋ ਨੈਕਸਟ ਅਰਨਿੰਗ ਸੀਜ਼ਨ ਸ਼ੁਰੂ ਹੋਣ ਲੱਗਾ ਜੀ ਸੋ ਬੈਂਕ ਦੀ ਅਰਨਿੰਗ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਕਿ ਆਲਵੇਜ਼ ਆਉਂਦੀ ਹੁੰਦੀਆਂ ਹਨ ਫਰਾਈਡੇ ਜਦੋਂ ਅਰਨਿੰਗ ਸੀਜ਼ਨ ਸ਼ੁਰੂ ਸਟਾਰਟ ਹੋਣਾ ਹੈ ਸੋ ਨੈਕਸਟ ਵੀਕ ਦੇ ਵਿੱਚ ਆ ਰਹੀਆਂ ਸੋ ਆਲਵੇਜ਼ ਮੈਂ ਰਿਪੀਟ ਕਰਦਾ ਹਾਂ ਕਿ ਅਰਨਿੰਗ ਸੀਜ਼ਨ ਤੋਂ ਪਹਿਲਾਂ ਤੁਸੀਂ ਕੀ ਕਰਨਾ ਕਾਫੀ ਬੰਦੇ ਐਕਸਾਈਟਡ ਹੁੰਦੇ ਆ ਮੈਨੂੰ ਵੱਖ-ਵੱਖ ਸਟਾਕਾਂ ਦੇ ਮੈਸੇਜ ਕਰੀ ਜਾਂਦੇ ਆ ਭਾਜੀ ਇਹਦੀ ਅਰਨਿੰਗ ਇਹਦੀ ਅਰਨਿੰਗ ਇਹਦੀ ਅਰਨਿੰਗ ਸੋ ਸਭ ਤੋਂ ਪਹਿਲਾਂ ਇਹ ਹੈ ਕਿ ਮੈਂ ਉਹ ਅਰਨਿੰਗ ਬਾਰੇ ਤੁਹਾਨੂੰ ਡਿਟੇਲ ਚ ਦੱਸ ਸਕਦਾ ਜਿਹੜੀ ਮੈਂ ਆਪ ਪਲੇ ਕਰ ਰਿਹਾ ਜਿਹਦੇ ਬਾਰੇ ਮੈਂ ਆਪ ਸਟੱਡੀ ਕੀਤੀ ਆ ਸਟਾਕ ਮਾਰਕੀਟ ਦੇ ਵਿੱਚ 9000 ਸਟਾਕ ਨੇ ਤੁਸੀਂ ਕਿਸੇ ਬਾਰੇ ਪੁੱਛੋਗੇ ਮੈਨੂੰ ਨਹੀਂ ਹਰ ਇੱਕ ਦੇ ਬਾਰੇ ਡੈਪਥ ਦੇ ਵਿੱਚ ਪਤਾ ਜੀ ਤੁਹਾਨੂੰ ਆਪ ਸਟੱਡੀ ਕਰਨੀ ਪੈਣੀ ਆ ਪਿਛਲੇ 3 ਮਹੀਨੇ ਦੇ ਕੰਪਨੀ ਦੇ ਕੀ ਈਵੈਂਟਸ ਨੇ ਕੀ ਨਿਊਜ਼ ਆ ਕੀ ਐਨਾਲਿਸਟ ਨੇ ਉਹਨੂੰ ਅਪਗ੍ਰੇਡ ਕੀਤਾ ਡਾਊਨਗ੍ਰੇਡ ਕੀਤਾ ਸੋ ਜੇ ਉਹ ਚੀਜ਼ਾਂ ਪੜੋਗੇ ਤਾਂ ਫੇਰ ਹੀ ਅਰਨਿੰਗ ਪਲੇ ਕਰਨੀ ਆ ਸੋ ਤਿੰਨ ਕ ਰੂਲ ਨੇ ਜਿਹੜੇ ਮੇਰੇ ਆਪਣੇ ਨੇ ਤੇ ਜਿਹੜੇ ਮੈਂ ਤੁਹਾਡੇ ਨਾਲ ਆਲ ਦਾ ਟਾਈਮ ਸ਼ੇਅਰ ਕਰਦਾ ਰਹਿਣਾ ਪਿਕ ਯੂਅਰ ਸਟਾਕ ਟੂ ਪਲੇ ਕਰਨੀ ਗਾ ਇਹ ਨਹੀਂ ਕਿ ਹਰ ਇੱਕ ਦੇ ਵਿੱਚ ਮੇਰੇ ਤੋਂ ਸੁਣ ਲਿਆ ਤੇ ਉਹ ਪਲੇ ਕਰ ਲਿਆ ਦੂਜੇ ਤੋਂ ਸੁਣ ਲਿਆ ਤੇ ਉਹ ਪਲੇ ਕਰ ਲਿਆ ਤੀਜੇ ਕਿਸੇ ਨੇ ਕਹਿਤਾ ਤੇ ਉਹ ਪਲੇ ਕਰ ਲਿਆ ਇਦਾਂ ਨਹੀਂ ਸੋ ਪਿਕ ਕਰੋ ਕਿ ਕਿਹੜੇ ਕਿਹੜੇ ਸਟਾਕਸ ਦੇ ਵਿੱਚ ਮੈਂ ਅਰਨਿੰਗ ਪਲੇ ਕਰਨੀ ਆ ਜਾਂ ਪਾਸਟ ਦੇ ਵਿੱਚ ਕਿਹੜੇ ਸਟਾਕਸ ਦੀ ਅਰਨਿੰਗ ਪਲੇ ਕੀਤੀਆਂ ਜਿਹਦੇ ਵਿੱਚ ਤੁਹਾਨੂੰ ਵਧੀਆ ਸਕਸੈਸ ਰਹੀ ਆ ਉਹਨਾਂ ਨੂੰ ਹੀ ਜਾ ਕੋਈ ਇਦਾਂ ਦੇ ਸਟਾਕ ਹੈ ਤੁਸੀਂ ਐਵਰੀਡੇ ਡੇ ਟ੍ਰੇਡ ਕਰਦੇ ਹੋ ਜਿਨ੍ਹਾਂ ਦੀ ਤੁਹਾਨੂੰ ਐਵਰੀ ਪਤਾ ਕਿ ਈਵੈਂਟ ਕਿਹੜੇ-ਕਿਹੜੇ ਆ ਰਹੇ ਨੇ ਜਿਦੋਂ ਆਪਾਂ ਟੈਸਲਾ ਦਾ ਪਤਾ ਕਿ ਕੀ ਹੋ ਰਿਹਾ ਪਿਛਲੇ 3 ਕੁ ਮਹੀਨਿਆਂ ਦੇ ਵਿੱਚ ਸੋ ਉਸ ਸਟਾਕ ਨੂੰ ਤੁਸੀਂ ਪਿਕ ਕਰਕੇ ਅਰਨਿੰਗ ਪਲੇ ਕਰ ਸਕਦੇ ਹੋ ਦੂਸਰਾ ਤੁਹਾਡਾ ਬਜਟ ਹੋਣਾ ਚਾਹੀਦਾ ਕਿ ਮੈਂ ਅਰਨਿੰਗ ਦੇ ਵਿੱਚ ਇੰਨੇ ਕੀ ਪੈਸੇ ਲਾਉਣੇ ਆ ਮੰਨ ਲਓ ਕਿ 2000 3000 1000 ਡਾਲਰ ਕਿ ਜੇ ਇਹ ਮੇਰਾ ਜ਼ੀਰੋ ਹੋ ਜਾਂਦਾ ਖਾਸ ਕਰਕੇ ਜੇ ਤੁਸੀਂ ਆਪਸ਼ਨਾਂ ਦੇ ਵਿੱਚ ਅਰਨਿੰਗ ਪਲੇ ਕਰਦੇ ਹੋ ਤਾਂ ਤੁਹਾਡਾ ਜ਼ੀਰੋ ਹੋ ਜਾਣਾ ਜਰਨਿੰਗ ਤੁਹਾਡੇ ਅਗੇਂਸਟ ਚੱਲ ਜਾਂਦੀ ਆ ਤੇ ਫਿਰ ਇਹ ਨਹੀਂ ਕਿ ਲਾਈ ਜਾਣਿਆ ਤੇ ਤੁਸੀਂ ਆਪਣਾ ਕਾਉਂਟੀ ਚੱਕ ਦੋ ਇਦਾਂ ਕੰਮ ਨਹੀਂ ਕਰਨਾ ਸੋ ਇੱਕ ਬਜਟ ਹੋਣਾ ਚਾਹੀਦਾ ਮਾਈਂਡ ਦੇ ਵਿੱਚ ਨੰਬਰ ਹੋਣਾ ਚਾਹੀਦਾ ਮੈਕਸਿਮਮ ਜੇ ਉਹਨਾਂ ਲਾਸ ਹੋ ਗਿਆ ਹੋ ਸਕਦਾ ਪਹਿਲੀ ਅਰਨਿੰਗ ਦੇ ਵਿੱਚ ਹੀ ਤੁਸੀਂ ਚੱਕ ਦੋ ਉਹਨੂੰ ਅਬਲ ਤੇ ਡਿਵਾਈਡ ਕਰਕੇ ਉਹਨੂੰ ਚੱਲਣਾ ਹੀ ਨਹੀਂ ਕਿ ਸਾਰੀ ਇੱਕ ਅਰਨਿੰਗ ਦੇ ਵਿੱਚ ਹੀ ਪਾ ਦੇਣਾ ਉਹਨੂੰ ਸੋ ਬਜਟ ਰੱਖ ਕੇ ਮਾਈਂਡ ਦੇ ਵਿੱਚ ਤੇ ਫਿਰ ਅਰਨਿੰਗ ਪਲੇ ਕਰਨੀ ਆ ਤੀਸਰਾ ਜਿਹੜਾ ਬਿਗੇਸਟ ਰੂਲ ਆਪਣਾ ਜਿੰਨੇ ਹੁਣ ਤੱਕ ਆਪਾਂ ਨੂੰ ਅਰਨਿੰਗ ਦੇ ਵਿੱਚ ਬਹੁਤ ਵਧੀਆ ਪ੍ਰੋਫਿਟ ਬਣਾ ਕੇ ਦਿੱਤਾ ਪਲੇ ਬਿਗ ਮੂਵਰਸ ਨਾਟ ਓਨਲੀ ਬਿਗ ਨੇਮ ਇਹ ਨਹੀਂ ਕਿ ਵੱਡੇ ਵੱਡੇ ਨਾਂ ਜਿਹੜੇ ਸੁਣਦੇ ਆ ਨਵੀਡੀਆ ਉਹੀ ਪਲੇ ਕਰਨੇ ਆ ਕਈ ਵਾਰੀ ਜਿਹੜੇ ਬਿੱਗ ਮੂਵਰਸ ਹੁੰਦੇ ਨੇ ਉਹ ਪੈਸਾ ਜਿਆਦਾ ਬਣਾ ਕੇ ਦੇ ਜਾਂਦੇ ਨੇ ਲਾਸਟ ਟਾਈਮ ਆਪਾਂ ਅਰਨਿੰਗ ਕੀਤੀ ਜੀ ਬਹੁਤ ਸਾਰੇ ਲੋਕਾਂ ਨੂੰ ਉਸ ਸਟਾਕ ਦਾ ਨਾਮ ਵੀ ਨਹੀਂ ਸੀ ਪਤਾ ਜਿਹਦੇ ਵਿੱਚ ਆਪਾਂ ਸਭ ਤੋਂ ਵਧੀਆ ਪ੍ਰੋਫਿਟ ਬਣਾਇਆ ਅਰਨਿੰਗ ਦੇ ਵਿੱਚ ਕਿਹੜਾ ਹੀ ਸਟਾਕ ਆ ਆਰਮ ਸਟਾਕ ਠੀਕ ਹੈ ਲੁੱਕ ਇਨ ਨਵੀਡੀਆ ਐਮਡੀ ਮਾਈਕਰੋਨ ਉਹਦੇ ਪਿੱਛੇ ਭਾਈ ਦੇ ਹੀ ਆਪਾਂ ਸਾਈਟ ਤੇ ਆਰਮ ਦੀ ਅਰਨਿੰਗ ਪਲੇ ਕੀਤੀ ਬਹੁਤ ਵਧੀਆ ਮੂਵ ਹੋਇਆ 70 80 ਡਾਲਰ ਦੀ ਮੂਵ ਕੀਤੀ ਉਹਨੇ ਬਹੁਤ ਵਧੀਆ ਪ੍ਰੋਫਿਟ ਬਣਾ ਕੇ ਦਿੱਤਾ ਸੋ ਆਪਾਂ ਇੰਡੀਆ ਦੇ ਵਿੱਚ ਹੀ ਉਦੋਂ ਤੇ ਬਾਅਦ ਸਾਨੂੰ ਇੰਡੀਆ ਦਾ ਟ੍ਰਿਪ ਵ ਸੋ ਇਦਾਂ ਹੀ ਹੁਣ ਨੈਕਸਟ ਵੀ ਜਿਹੜੇ ਸਟਾਕ ਆਉਣਗੇ ਆਪਣੇ ਮਾਈਂਡ ਦੇ ਵਿੱਚ ਗਿਆ ਬਿੰਦੂ ਮੂਵਰ ਹੋ ਸਕਦੇ ਆ ਬਿਗ ਪਲੇ ਕਰਦੇ ਆ ਉਹਨਾਂ ਨੂੰ ਤੁਸੀਂ ਵਾਚ ਕਰਨਾ ਜੇ ਕੋਈ ਤੁਹਾਡੇ ਮਾਈਂਡ ਦੇ ਵਿੱਚ ਆ ਤੇ ਗਰੁੱਪ ਦੇ ਵਿੱਚ ਸ਼ੇਅਰ ਕਰਦੇ ਹੋ ਜਾਂ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਵੀ ਜਿੰਨਾਂ ਨੂੰ ਆਪਾਂ ਦੇਖ ਲਾਂਗੇ ਸੋ ਇਹ ਨਹੀਂ ਕਿ ਆਪਾਂ ਹਰ ਕੋਈ ਸਟਾਕ ਪਲੇ ਕਰਨਾ ਹੀ ਕਰਨਾ ਆ ਠੀਕ ਹੈ ਜੀ ਸੋ ਅਰਨਿੰਗਸ ਏ ای ਐਚ ਆਰ ਸਟਾਕ ਦੀ ਆ ਰਹੀ ਹੈ ਟਿਲਰੀ ਕੰਪਨੀ ਦੀ ਆ ਰਹੀ ਹੈ ਜੀ ਡਬਲਯੂ ਡੀ 40 ਦੀ ਆ ਰਹੀ ਹੈ ਬਿਗ ਮੂਵ ਹੋ ਸਕਦਾ ਆ ਇਨੂੰ ਵਾਚ ਕਰਦੇ ਹਾਂ ਪਰ ਇਹ ਨਹੀਂ ਮੈਂ ਕਹਿ ਰਿਹਾ ਕਿ ਮੈਂ ਪਲੇ ਕਰਨਾ ਜਿਹੜਾ ਕਰਨਾ ਹੋਇਆ ਉਹ ਤੁਹਾਨੂੰ ਮੈਂ ਦੱਸ ਦੇਣਾ ਗਰੁੱਪ ਦੇ ਉੱਪਰ ਜਾਂ ਜਿੱਥੇ ਆਪਾਂ ਲਾਈਵ ਟਰੇਡ ਕਰਦੇ ਹਾਂ ਉਹਦੇ ਵਿੱਚ ਤੁਹਾਨੂੰ ਮੈਂ ਸ਼ੇਅਰ ਕਰ ਦਿੰਦਾ ਹੁਣ ਆ ਸੋ ਫਿਰ ਫਰਾਈਡੇ ਨੂੰ ਬੈਂਕਸ ਦੀ ਅਰਨਿੰਗ ਆ ਬੈਂਕਸ ਦੀ ਅਰਨਿੰਗ ਜਿਹੜੀ ਦੇਖਣੀ ਕਾਫੀ ਇੰਟਰਸਟਿੰਗ ਹੋਊਗੀ ਖਾਸ ਕਰਕੇ ਉਹ ਅਰਨਿੰਗ ਜਿਹੜੀ ਆ ਉਹਨਾਂ ਦੀ ਕਾਲ ਆ ਉਹਦੇ ਵਿੱਚ ਕੀ ਕਹਿ ਰਹੇ ਜੀ ਕਿ ਬਿਜ਼ਨਸ ਕਿਧਰ ਨੂੰ ਜਾ ਰਿਹਾ ਬੈਂਕਾਂ ਦਾ ਇੰਟਰਸਟ ਰੇਟ ਦਾ ਕੀ ਉਹਨਾਂ ਦੇ ਉੱਪਰ ਅਸਰ ਪੈ ਰਿਹਾ ਕੀ ਇੰਟਰਸਟ ਰੇਟ ਕੱਟ ਕਦੋਂ ਉਹ ਐਕਸਪੈਕਟ ਕਰ ਰਹੇ ਨੇ ਸੋ ਉਹ ਚੀਜ਼ ਕਾਫੀ ਇੱਕ ਅਰਨਿੰਗ ਸੀਜ਼ਨ ਦੀ ਫਾਊਂਡੇਸ਼ਨ ਰੱਖ ਦਿੰਦੀ ਹੁੰਦੀ ਆ ਸੋ ਇਸ ਲਈ ਬੈਂਕ ਦੀਆਂ ਅਰਨਿੰਗਸ ਇਹ ਨਹੀਂ ਕਹਿ ਰਿਹਾ ਕਿ ਮੈਂ ਪਲੇ ਕਰਨੀਆਂ ਤੁਸੀਂ ਥੋੜਾ ਜਿਹਾ ਨੂੰ ਵਾਚ ਕਰਨਾ ਰੀਡ ਕਰਨਾ ਜਿਹੜਾ ਆ ਉਹ ਕਾਫੀ ਜ਼ਰੂਰੀ ਹੁੰਦਾ ਜੀ ਸੋ ਬਾਕੀ ਜੇ ਤੁਹਾਡੇ ਚੋਂ ਕਿਸੇ ਨੇ ਲਾਈਵ ਟਰੇਡਿੰਗ ਲਈ ਸਬਸਕ੍ਰਾਈਬ ਕਰਨਾ ਜੀ ਸੋ ਆਪਣੇ ਨਾਲ ఎవਰੀਡੇ ਲਾਈਵ ਟਰੇਡ ਕਰਨਾ ਚਾਹੁੰਦੇ ਹੋ ਟਰੇਡ ਕਾਪੀ ਕਰਨਾ ਚਾਹੁੰਦੇ ਆ ਅਲਰਟ ਕਾਪੀ ਕਰਨਾ ਚਾਹੁੰਦੇ ਆ ਤਾਂ ਤੁਸੀਂ ਆਪਣੀ ਵੈਬਸਾਈਟ stocktokforu.com ਤੇ ਜਾ ਕੇ ਜਿਹਦਾ ਕਿ ਲਿੰਕ ਇਸ ਵੀਡੀਓ ਦੀ ਬਾਇਓ ਦੇ ਵਿੱਚ ਤੇ ਲਾਈਵ ট্রেਡਿੰਗ ਲਈ ਸਬਸਕ੍ਰਾਈਬ ਕਰ ਸਕਦੇ ਹੋ ਪਲਾਨ ਪ੍ਰਾਈਸਿੰਗ ਚ ਜਾ ਕੇ ਸੋ ਲੈਟਸ ਗੋ ਟੂ ਚਾਰਟ ਚਾਰਟ ਦੀ ਗੱਲਬਾਤ ਕਰਦੇ ਆ ਜੀ ਤੁਹਾਡੇ ਕੁਐਸਚਨ ਵੀ ਆਏ ਨੇ ਥੋੜੇ ਜਿਹੀ ਇੱਕ ਮਿੰਟ ਮੈਨੂੰ ਗੋ ਥਰੂ ਹੁੰਦਿਓ ਜੀ ਬ੍ਰੋ ਟੈਸਲਾ ਦੀ ਫਰਡੇ ਨੂੰ ਜੋ ਆਪ ਮੂਵ ਹੋਈ ਸੀ 1.5 ਡਾਲਰ ਦੀ ਉਸ ਪਿੱਛੇ ਕੋਈ ਨਿਊਜ਼ ਸੀ ਜਾਂ ਫਿਰ ਏਰੀਆ ਤੋਂ ਬਾਉਂਸ ਬੈਕ ਹੋਇਆ ਜੀ ਨਿਊਜ਼ ਵੀ ਇੱਕ ਕਾਰਨ ਹੋ ਸਕਦਾ ਬਟ ਮੇਨ ਐਂਟਰੀ ਏਰੀਆ ਤੋਂ ਹੀ ਹੋਈ ਆ ਜੀ ਸੋ ਟੈਸਲਾ ਦਾ ਸਟਾਕ ਹੀ ਤੁਹਾਡੇ ਸਾਹਮਣੇ ਖੁੱਲਾ ਸੋ ਇੱਥੇ ਆਪਾਂ ਕਰਨੀ ਆ ਗੱਲਬਾਤ ਰੈਕਲ ਨੂੰ ਵੀ ਦੇਖ ਲੈਣੇ ਆ ਜੀ ਸਤਿ ਸ਼੍ਰੀ ਅਕਾਲ ਫਰ ਨਿਊਜ਼ ਬਾਰੇ ਇਨਫੋਰਮੇਸ਼ਨ ਕਈ ਸਾਈਟ ਤੋਂ ਆ ਕਾਫੀ ਸਾਈਟਸ ਹੈਗੀਆਂ ਨੇ ਜੀ ਤੁਸੀਂ investing.com ਮਾਰਕੀਟ ਵਾਚ ਤੋਂ ਇਵਨ ਕਿ ਇੰਟਰਐਕਟਿਵ ਬ੍ਰੋਕਰ ਦਾ ਆਪਣਾ ਕੈਲੰਡਰ ਵੀ ਹੈਗਾ ਜਿਹੜਾ ਤੁਸੀਂ ਕੋਈ ਬ੍ਰੋਕਰ ਯੂਜ਼ ਕਰ ਰਹੇ ਹੋ ਉਹਦਾ ਕੈਲੰਡਰ ਵੀ ਹੋਊਗਾ ਇਵਨ ਕਿ ਯਾਹੂ ਫਾਈਨੈਂਸ ਤੇ ਜਾ ਕੇ ਇਕਨੋਮਿਕ ਕੈਲੰਡਰ ਦੇਖ ਲੈਣਾ ਸੋ ਉਹਦੇ ਵਿੱਚ ਹਰ ਇੱਕ ਈਵੈਂਟ ਦੀ ਜਿਹੜੀ ਆ ਉਹ ਤੁਹਾਡੀ ਆਪਣੀ ਆ ਜਾਂਦੀ ਹੈ ਨਿਊਜ਼ ਕੀ ਕਿਹੜੇ-ਕਿਹੜੇ ਆ ਰਹੇ ਨੇ ਸੋ ਇਕਨੋਮਿਕ ਕੈਲੰਡਰ ਦੇਖਣਾ ਬਹੁਤ ਸਾਰੀਆਂ ਵੈਬਸਾਈਟਾਂ ਦੇ ਹੈਗੇ ਨੇ ਇੱਕ ਦਾ ਨਹੀਂ ਬਹੁਤ ਸਾਰਿਆਂ ਦਾ ਸੋ ਟੈਸਲਾ ਦੀ ਗੱਲ ਕਰ ਲਈਏ ਟੈਸਲਾ ਦਾ ਜੇ ਤੁਸੀਂ ਵੀਡੀਓ ਦੇਖੀ ਸੀ ਡੀਟੇਲ ਦੇ ਵਿੱਚ ਤਾਂ ਉਹਦੇ ਵਿੱਚ ਵੀ ਮੈਂ ਦੱਸਿਆ ਕਿ 161 ਜੇ ਤੁਸੀਂ ਲਾਈਵ ਟਰੇਡ ਤੇ ਹੀ ਤਾਂ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਟੈਸਲਾ ਆ ਰਿਹਾ ਜੇ 161 ਤੇ ਆਉਂਦਾ ਤੇ ਵੀ ਵਿਲ ਗੋ ਇਨ ਤੇ ਜੇ ਉਹਨੂੰ ਬ੍ਰੇਕ ਕਰਦਾ ਤੇ ਫਿਰ ਆਪਾਂ 150 ਤੇ ਦੇਖਾਂਗੇ ਸੋ ਟੈਸਲਾ ਨੇ 161 ਤੇ ਬੜੀ ਵਧੀਆ ਓਪਰਚੁਨਿਟੀ ਦਿੱਤੀ ਜੀ ਜੋ ਕੋਈ ਐਂਟਰ ਹੋਇਆ ਕਈ ਆਪਸ਼ਨ ਚ ਐਂਟਰ ਹੋਏ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਈ ਸਟਾਕਾਂ ਚ ਐਂਟਰ ਹੋਏ ਫਿਰ ਐਲਾਨ ਮਸਕ ਨੇ ਥੋੜੀ ਜਿਹੀ ਇੱਕਦਿ ਟਵੀਟ ਕੀਤੀ ਨਾਲ ਉਹਦੇ ਨਾਲ ਫਿਰ ਟੈਸਲਾ ਦੀ ਰੋਬੋਟੈਕਸ ਦੀ ਨਿਊਜ਼ 168 ਤੋਂ 173 ਤੇ ਚਲ ਗਿਆ ਜੀ ਜਾਨੀ ਕਿ 13 ਡਾਲਰ ਮੂਵ ਕਰ ਗਿਆ ਜਾਂ 12 ਡਾਲਰ ਤੁਸੀਂ 10 ਹੀ ਲਾ ਲਓ 10 ਡਾਲਰ ਮੂਵ ਕਰ ਗਿਆ ਸੋ ਹੁਣ ਦੇਖਦੇ ਆ 183 ਤੱਕ ਯੂਜੂਲੀ ਜਾ ਕੇ ਡ੍ਰੌਪ ਹੁੰਦਾ ਹੁੰਦਾ 183 ਤੇ ਜਾ ਕੇ ਇੰਟਰਸਟਿੰਗ ਇੰਟਰਸਟਿੰਗਲੀ ਉਹਦੀ 50 ਡੇ ਮੂਵਿੰਗ ਐਵਰੇਜ ਵੀ 183 ਦੇ ਨੇੜੇ ਆ ਗਈ ਆ 182 ਦੇ 50 ਦੇ ਸੋ ਉੱਥੇ ਜਾ ਕੇ ਰਿਜੈਕਟ ਹੁੰਦਾ ਜਾਂ ਕੀ ਕਰਦਾ ਸੋ ਉਹਨੂੰ ਆਪਾਂ ਵਾਚ ਕਰਾਂਗੇ ਕਿਉਂਕਿ 50 ਡੇ ਮੂਵਿੰਗ ਐਵਰੇਜ ਤੋਂ ਸ਼ਾਇਦ ਇੱਕ ਕਾਫੀ ਸ਼ਾਰਪ ਨੂੰ ਰਿਜੈਕਸ਼ਨ ਦੇਖਣ ਨੂੰ ਮਿਲੇ ਸੋ ਨੈਕਸਟ ਵੀਕ ਚ ਦੇਖਦੇ ਆ ਉਤੋਂ ਤੱਕ ਜਾਂਦਾ ਆਪਾਂ ਪ੍ਰੋਫਿਟ ਏ ਕੁਛ ਨਾ ਕੁਛ ਕਰਾਂਗੇ ਪੈਨੀ ਸਟਾਕ ਸੀਏਡੀਐਲ ਥੋੜਾ ਜਿ ਮੈਂ ਕਾ ਟੱਚ ਕਰ ਲੱਗਾ ਇਹ ਨਹੀਂ ਮੈਂ ਕਹਿ ਰਿਹਾ ਕਿ ਨੂੰ ਟ੍ਰੇਡ ਕਰਨਾ ਜਾਂ ਨਹੀਂ ਆ ਸੋ ਜੇ ਕੋਈ ਤੁਹਾਡੇ ਚ ਪੈਨੀ ਸਟਾਕ ਟ੍ਰੇਡ ਕਰਦਾ ਤਾਂ ਕਾਫੀ ਵਧੀਆ ਹਾਈਪ ਚੱਲ ਰਹੀ ਆ ਪੈਨੀ ਸਟਾਕਸ ਦੀ ਉਹਦੇ ਵਿੱਚ ਟ੍ਰੇਡ ਕਰ ਸਕਦੇ ਹੋ ਤੁਸੀਂ ਬਟ ਮੈਂ ਇੱਕ ਟ੍ਰੈਂਡ ਕੀ ਨੋਟਿਸ ਕੀਤਾ ਪਿਛਲੇ ਦੋ ਕੁ ਵੀਕਾਂ ਚ ਕਿ ਉਹ ਮਾਰਕੀਟ ਓਪਨ ਹੁੰਦਿਆਂ ਨਹੀਂ ਜਿਆਦਾ ਚੱਲਦੇ ਮਿਡ ਡੇਜ ਇਹਦੇ ਵਿੱਚ ਕਾਫੀ ਵਧੀਆ ਮੂਵ ਕਰਨਾ ਸ਼ੁਰੂ ਕਰ ਦਿੰਦੇ ਆ ਸੋ ਇਸ ਲਈ ਮਾਰਨਿੰਗ ਦੇ ਵਿੱਚ ਜੇ ਤੁਹਾਨੂੰ ਕੋਈ ਲੱਗਦਾ ਸਟਾਕ ਇਹਦੀ ਵਧੀਆ ਨਿ ਲੋ ਫਲੂਟ ਸਟਾਕ ਆ ਜਾ ਸਕਦਾ ਉੱਪਰ ਉਹਨੂੰ ਵਾਚ ਲਿਸਟ ਦੇ ਵਿੱਚ ਰੱਖੋ ਤੇ ਮਿਡਡੇ ਥੋੜਾ ਜਿਹਾ ਵਾਚ ਕਰੋ ਕਿ ਕੀ ਨਿਊ ਹਾਈ ਬਣਾਉਣਾ ਇੱਕ ਸ਼ੁਰੂ ਕਰਦਾ ਥੋੜਾ ਜਿਹਾ ਮੋਮੈਂਟਮ ਬਿਲਡ ਹੋ ਰਿਹਾ ਵੋਲੀਅਮ ਬਿਲਡ ਹੋ ਰਿਹਾ ਤੇ ਪੈਨੀ ਸਟਾਕ ਨੂੰ ਇਸ ਤਰੀਕੇ ਨਾਲ ਆਪਾਂ ਟਰੇਡ ਕਰ ਸਕਦੇ ਹਾਂ ਜਿਹੜੇ ਕਿ ਮੈਂ ਲਾਸਟ ਵੀਕ ਦੇ ਵਿੱਚ ਜਾਂ ਵੀਕ ਪਹਿਲਾਂ ਥੋੜਾ ਜਿਹਾ ਨੋਟਿਸ ਕੀਤਾ ਕਿ ਇਹ ਕਰ ਰਹੇ ਨੇ ਨਵਿਡੀਆ ਦਾ ਸਟਾਕ ਜੀ ਨਵਿਡੀਆ ਦਾ ਸਟਾਕ ਕਰ ਰਿਹਾ ਜੀ 850 ਡਾਲਰ ਤੱਕ ਕਾਊਂਟ ਦੇ ਚਾਂਸ ਹੈ ਕਿ ਆ ਜੀ ਉਹਨੂੰ ਹੋਲਡ ਕਰਦਾ ਵਧੀਆ ਨਹੀਂ ਤੇ ਫਿਰ 800 ਡਾਲਰ ਜਿਹੜੀ 50 ਡੇ ਮੂਵਿੰਗ ਐਵਰੇਜ ਹੈ ਉੱਥੋਂ ਤੇ ਜਿੱਦਰੋਂ ਨਵੀਡੀਆ ਦਾ ਸਟਾਕ ਗਿਆ ਉਧਰੋਂ ਉਹਨੇ ਮਾਰਕੀਟ ਨੇ ਜਾਣਾ ਕਿਉਂਕਿ ਨੈਸਡੈਕ ਨੂੰ ਬਹੁਤ ਜ਼ਿਆਦਾ ਮੂਵ ਕਰਦਾ ਹੈ ਨਵੀਡੀਆ ਦਾ ਸਟਾਕ ਨਾਲ ਬਾਕੀ ਮਾਈਕਰੋਸਾਫਟ ਮੈਟਾ ਥੋੜਾ ਜਿਹਾ ਡਿੱਗਦੇ ਆ ਤੇ ਮਾਰਕੀਟ ਨੂੰ ਇੱਕ ਸਾਈਡ ਨੂੰ ਬਹੁਤ ਸਪੀਡਾਂ ਦੇ ਨਾਲ ਖਿੱਚ ਲੈਂਦੇ ਆ ਸੋ ਜਿੱਦਾਂ ਪਹਿਲਾਂ ਵੀ ਤੁਹਾਨੂੰ ਮੈਂ ਦੱਸਤਾ ਇਹਨੂੰ ਧਿਆਨ ਦੇ ਨਾਲ ਵਾਚ ਕਰਨਾ ਏਐਮਡੀ ਵੀ 50 ਡੇ ਮੂਵਿੰਗ ਐਵਰੇਜ ਤੋਂ ਕਾਫੀ ਵਧੀਆ ਰਿਜੈਕਟ ਹੋਇਆ ਸੋ ਤਾਂ ਹੀ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਰਾਈਟ ਨਾਉ ਜੇ ਤੁਸੀਂ ਦੋ ਚੀਜ਼ਾਂ ਸਿੱਖਣੀਆਂ ਤੇ ਕਦੀ ਕਿਦਾਂ ਟ੍ਰੇਡ ਕਰਨਾ ਤੇ ਇਹ ਸਿੱਖ ਲਓ ਕਿ ਐਸਐਮਏ 50 ਤੇ 200 ਕਿੱਦਾਂ ਕੰਮ ਕਰਦੀ ਆ ਡੇਲੀ ਕੈਂਡਲ ਦੇ ਉੱਪਰ ਥੈਟਸ ਇਟ ਕੋਈ ਮਿੰਟਲ ਕੈਂਡਲ ਚ ਦੇਖਣ ਦੀ ਲੋੜ ਨਹੀਂ ਤੇ ਉਦੋਂ ਫਿਰ ਉੱਥੋਂ ਟ੍ਰੇਡ ਕਰਨਾ ਸ਼ੁਰੂ ਕਰ ਸਕਦੇ ਹੋ ਕੋਈ ਨਾ ਕੋਈ ਟ੍ਰੇਡ ਤੁਹਾਨੂੰ ਮਿਲ ਜੂਗੀ ਸੋ ਐਮਡੀ ਦੇਖਦੇ ਆ ਜੀ ਫਿਰ ਨੈਕਸਟ ਵੀਕ ਚ 50 ਡੇ ਤੇ ਰਿਜੈਕਟ ਹੁੰਦਾ ਆ ਜਾਂ ਫਿਰ ਬਾਟਮ ਤੇ ਇੱਥੋਂ ਹੀ ਆਪਾਂ ਲਾਈਨ ਕੋਈ ਚੱਕ ਲੈਣਾ ਜੀ ਮੈਂ ਸੋ ਆਹ ਵਾਲਾ ਏਰੀਆ ਜੀ 160 ਕ ਵਾਲਾ ਏਰੀਆ 160 50 ਵਾਲਾ ਉੱਥੇ ਆਣ ਕੇ ਜੀ ਬਾਉਂਸ ਕਰਦਾ ਤੇ ਆਪਾਂ ਇੱਕ ਦੀ ਟ੍ਰੇਡ ਇਹਦੇ ਵਿੱਚ ਵੀ ਕਰ ਸਕਦੇ ਆਂ ਸੋ ਮਾਰਵਲ ਸਟਾਕ ਦਾ ਈਵੈਂਟ ਹੈਗਾ ਜੀ ਅ ਇੱਕੋ ਮਿੰਟ ਮੈਨੂੰ ਚੈੱਕ ਕਰਨ ਦਿਓ ਕਿਦਣਾ ਐਗਜ਼ੈਕਟਲੀ ਮੈਨੂੰ ਲੱਗਦਾ ਕਿ ਥਰਸਡੇ ਨੂੰ ਆ ਬਟ ਮੈਂ ਤੁਹਾਨੂੰ ਗਲਤ ਨਹੀਂ ਦੱਸਣਾ ਚਾਹੁੰਦਾ ਜੀ ਸੋ ਮਾਰਵਲ ਹਾਂਜੀ ਸੋ ਇਸ ਸਟਾਕ ਦਾ ਈਵੈਂਟ ਹੈਗਾ ਥਰਸਡੇ ਨੂੰ ਸੋ ਏ ਆਈ ਦਾ ਈਵੈਂਟ ਅਗੇਨ ਇਸ ਸਟਾਕ ਦਾ ਵੀ ਸੋ ਉਹਦੇ ਕਰਕੇ ਇਹਦੇ ਵੀ ਮੂਵ ਕਰਨ ਦੇ ਚਾਂਸ ਹੈ ਗਿਆ ਇਹਨੂੰ ਵਾਚ ਕਰ ਸਕਦੇ ਆ ਸੋ ਕੀ ਕਰਦਾ 50 ਡੇ ਮੂਵਿੰਗ ਐਵਰੇਜ ਅਗੇਨ ਇਹ ਵੀ ਹੋਲਡ ਕਰ ਰਿਹਾ ਤੁਸੀਂ ਹੁਣ ਥੋੜਾ ਟਾਈਮ ਇੱਕ ਦੋ ਵੀਕ ਮੇਰੇ ਤੋਂ 50 ਡੇ ਮੂਵਿੰਗ ਐਵਰੇਜ ਕਾਫੀ ਅਰੀ ਸੁਣੋਗੇ ਜਿੱਦਾਂ ਕਿ ਲਾਸਟ ਈਅਰ ਐਂਡ ਜੇ ਦੇ ਆਣ ਕੇ ਸਟਾਕ 50 ਡੇ ਮੂਵਿੰਗ ਐਵਰੇਜ ਤੇ ਤੇ ਵਾਰ-ਵਾਰ ਆਪਾਂ ਇਹਦੀ ਗੱਲ ਕਰਦੇ ਸੀ ਸੋ ਇਹ ਨਹੀਂ ਕਿ ਆਪਾਂ ਇਤੋ ਹੀ ਟਰੇਡਾਂ ਲੈ ਰਹੇ ਆਂ ਪਰ ਜਦੋਂ ਸਟਾਕ ਉਹਦੇ ਨੇੜੇ ਆ ਜਾਂਦੇ ਆ ਤੇ ਫਿਰ ਆਪਾਂ ਉਹਦੀ ਗੱਲ ਕਰਨੀ ਹੀ ਪੈਂਦੀ ਆ ਸੋ ਇਸ ਲਈ ਵਾਚ ਕਰਨਾ ਨੈਕਸਟ ਵੀਕ ਜੇ ਤੁਸੀਂ ਥਰਸਡੇ ਨੂੰ ਟਰੇਡ ਕਰਨਾ ਥਰਸਡੇ ਨੂੰ ਇਹਦੀਆਂ ਆਪਸ਼ਨਸ ਵੀ ਸਸਤੀਆਂ ਹੋ ਜਾਣੀਆਂ ਜੇ ਕੋਈ ਤੁਹਾਨੂੰ ਲੱਗਦਾ ਕਿ ਮੂਵਮੈਂਟ ਕਰ ਸਕਦਾ ਆ ਜੋ ਹੋ ਰਹੀ ਆ ਤੇ ਇਹਨੂੰ ਟਰੇਡ ਕਰ ਸਕਦੇ ਹੋ ਐਮ ਆਰ ਵੀ ਐ ਚਾਂਸ ਉਹਨੇ ਮੋਸਟਲੀ ਪੋਜ਼ਿਟਿਵ ਹੀ ਬਟ ਕਈ ਵਾਰੀ ਲੋਕੀ ਬਾਏ ਦਾ ਰਿਯੂਮਰ ਕਰ ਲੈਂਦੇ ਨੇ ਕਿ ਇਵੈਂਟ ਆਉਣ ਤੋਂ ਪਹਿਲਾਂ ਹੀ ਬਾਏ ਕਰ ਲੈਂਦੇ ਆ ਤੇ ਥਰਸਡੇ ਡੰਪ ਵੀ ਹੋ ਜਾਂਦਾ ਸੋ ਦੋਵੇਂ ਚੀਜ਼ਾਂ ਦੇਖਣੀ ਆ ਤੁਸੀਂ ਕਿ ਪਹਿਲੇ ਦੋ ਤਿੰਨ ਦਿਨ ਕਿੱਦਾਂ ਮੂਵ ਕਰਦਾ ਫਿਰ ਉਸ ਤਰੀਕੇ ਨਾਲ ਥਰਸਡੇ ਨੂੰ ਆਪਣਾ ਪਲਾਨ ਬਣਾ ਸਕਦੇ ਆ ਟਰੇਡ ਕਰਨ ਦਾ ਬਿਟਕੋਇਨ ਦੀ ਗੱਲ ਕਰੀਏ ਤਾਂ ਕਾਫੀ ਵਧੀਆ ਚੱਲ ਰਿਹਾ 73500 ਦੇ ਨੇੜੇ ਜਾ ਕੇ ਦੇਖਦੇ ਆ ਕੀ ਕਰਦਾ ਉਥੋਂ ਡ੍ਰੌਪ ਹੁੰਦਾ ਜਾਂ ਉਹਨੂੰ ਵੀ ਬ੍ਰੇਕ ਕਰਦਾ ਬਿਟਕੋਇਨ ਹਾਲਵਿੰਗ ਇਸ ਮੰਥ ਦੇ ਵਿੱਚ ਹੋਣੀ ਆ ਜੀ ਐਕਸਪੈਕਟਿਡ ਆ ਵੀਕ ਤੱਕ ਤੱਕ ਸ਼ਾਇਦ ਹੋ ਜੇ ਕੋਈ ਫਿਕਸ ਡੇ ਕਦੋਂ ਹੁੰਦੀ ਆ ਅਜੇ ਕੋਈ ਐਗਜ਼ੈਕਟ ਡੇਟ ਨਹੀਂ ਪਤਾ ਕਿਸੇ ਨੂੰ ਵੀ ਸੋ ਦੇਖਦੇ ਆ ਕੋਈ ਕਹਿੰਦਾ 12 ਕੋਈ 14 ਐ ਕੋਈ ਪੱਕਾ ਨਹੀਂ ਹੈਗਾ ਸੋ ਕਦੋਂ ਹੁੰਦੀ ਆ ਉਸ ਆਪ ਦੇ ਨਾਲ ਫਿਰ ਬਿਟਕੋਇਨ ਬਾਅਦ ਚ ਕੀ ਰਿਐਕਟ ਕਰਦਾ ਕਿੱਦਾਂ ਮੂਵ ਕਰਦਾ ਉਹਨੂੰ ਵਾਚ ਕਰਦੇ ਆ ਬਟ ਫਾਰ ਨਾਉ ਮੈਂ ਇਹੀ ਕਹੂੰਗਾ ਕਿ ਧਿਆਨ ਦੇ ਨਾਲ ਕੋਈ ਕਾਲੀ ਨਹੀਂ ਕਰਨੀ ਬਚੋ ਜਿੰਨਾ ਬਾਅਦ ਚ ਹੁੰਦਾ ਕਿਉਂਕਿ ਜਿਹੜਾ ਪ੍ਰੋਫਿਟ ਬਣਾਉਣ ਵਾਲਾ ਟਾਈਮ ਹੀ ਉਹ ਤੁਹਾਨੂੰ ਮੈਜੋਰਿਟੀ 2023 ਦੇ ਦਸੰਬਰ ਵਿੱਚ ਹੀ ਦੱਸ ਦਿੱਤਾ ਸੀ ਕਿ ਬਿਟਕੋਇਨ ਦੇ ਵਿੱਚ ਜੇ ਕੋਈ ਕਰਨਾ ਚਾਹੁੰਦਾ ਕ੍ਰਿਪਟੋ ਟ੍ਰੇਡ ਮੈਂ ਨਹੀਂ ਕਰਦਾ ਤੇ ਉਹ ਉਦੋਂ ਹੀ ਸੀ ਕਿ 2024 ਦਾ ਫਰਸ ਤੋ ਜਾਣਾ ਕਿਉਂ ਹੈ ਕਿਉਂਕਿ ਹਾਲਵਿੰਗ ਐਕਸਪੈਕਟ ਕਰ ਰਹੇ ਸੀ ਸੋ ਬੋਇੰਗ ਦੇ ਸਟਾਕ ਦੀ ਗੱਲ ਕਰੀਏ ਤਾਂ ਫੇਰ ਬਾਟਮ ਤੇ ਲਾਸਟ ਟਾਈਮ ਆਪਾਂ ਨੂੰ ਐਂਟਰ ਹੋਣ ਦਾ ਮੌਕਾ ਨਹੀਂ ਸੀ ਦਿੱਤਾ ਇਹਨੇ ਸੋ ਇਸ ਵਾਰ ਦੇਖਦੇ ਹਾਂ 175 ਕੇ ਡਾਲਰ ਤੇ ਆਣ ਕੇ ਐਂਟਰ ਹੋਣ ਦਾ ਮੌਕਾ ਦਿੰਦਾ ਕਿ ਨਹੀਂ 175 176 ਡਾਲਰ ਤੇ ਥੱਲੇ ਡਿੱਗ ਰਿਹਾ ਕੋਈ ਬੜੀ ਨਿਊਜ਼ ਵੀ ਨਹੀਂ ਆ ਰਹੀ ਕੋਈ ਬੜਾ ਮੋਮੈਂਟਮ ਵੀ ਨਹੀਂ ਹੈਗਾ ਸਟਾਕ ਦਾ ਕਾਫੀ ਸਲੋ ਹੋ ਜਾਇਆ ਹੋਇਆ ਪਿਆ ਖਾਸ ਕਰਕੇ ਪਿਛਲੇ ਦੋ-ਤਿੰਨ ਹਫ਼ਤਿਆਂ ਚੋਂ ਜਦੋਂ ਮਾਰਕੀਟ ਸਲੋ ਆ ਸੋ 让我们 ਸੀ 175 176 ਤੇ ਨੇੜੇ ਆਣ ਕੇ ਇੱਕ ਹਾਈਪ ਚੱਕਦਾ ਤੇ ਫਿਰ ਆਪਾਂ ਇਹ ਸੋ ਲੈਟਸ ਟੱਚ ਕਯੂ 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 ਨੈਸਡੈਕ ਕੀ ਕਰ ਰਿਹਾ ਜੀ ਸੋ ਨੈਸਡੈਕ ਦੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 50 ਡੇ ਮੂਵਿੰਗ ਐਵਰੇਜ ਕਾਫੀ ਵਧੀਆ ਹੋਲਡ ਕੀਤੀ ਆ ਆਪਾਂ ਥਰਸਡੇ ਮਿਸ ਕਰ ਗਏ ਸੀ ਕਿਉਂਕਿ ਮੈਂ ਵਾਚ ਹੀ ਨਹੀਂ ਕੀਤੀ ਬਟ ਗੁਰਪਾਲ ਬਾਜੀ ਉਹਨਾਂ ਨੇ ਮੇਰੇ ਧਿਆਨ ਚ ਲਿਆਂਦਾ ਕਿ ਆਪਾਂ ਇਹ ਮਿਸ ਕਰ ਗਏ ਆ ਤੇ ਉਦੋਂ ਮੈਂ ਡੇਲੀ ਕੈਂਡਲ ਇਹਦੇ ਵੀ ਵਾਚ ਕਰਨੀ ਭੁੱਲ ਗਿਆ ਬਟ ਫਰਾਈਡੇ ਆਪਾਂ ਦੱਸਿਆ ਮਾਰਨਿੰਗ ਦੇ ਵਿੱਚ ਤੇ ਕਾਫੀ ਵੀਰਾਂ ਨੇ ਵਧੀਆ ਟਰੇਡ ਲੈ ਲਈ ਸੀ ਤੇ ਥਰਸਡੇ ਵੀ ਉੱਪਰ ਗਿਆ ਸੀ ਇਹ ਤੋਂ ਸਟਾਕ ਫਰਾਈਡੇ ਵੀ ਵਧੀਆ ਮੂਵ ਕਰ ਗਿਆ ਸੀ ਇਵਨ ਕਿ ਵੈਨਸਡੇ ਵੀ ਇੱਥੇ ਸ਼ੋ ਕਰ ਰਿ ਸੋ ਦੇਖਦੇ ਆ ਇਹਨੂੰ ਬ੍ਰੇਕ ਕਰਦਾ ਜਾਂ ਹੋਲਡ ਕਰਦਾ ਪਾਸਟ ਦੇ ਵਿੱਚ ਯੂਜੂਲੀ ਜੇ ਬ੍ਰੇਕ ਕਰ ਜਾਂਦਾ ਤੇ ਦੋ ਤਿੰਨ ਦਿਨ ਬ੍ਰੇਕ ਹੁੰਦੀ ਆ ਜਾਂ ਜਿੱਦਣ ਬ੍ਰੇਕ ਕਰਦਾ ਇੱਕ ਅੱਧਾ ਦਿਨ ਚੰਗਾ ਡੰਪ ਆਉਂਦਾ ਆ ਜਾਨੀ ਕਿ ਇੱਕ ਵਾਰੀ ਜਿਹੜਾ ਵਾਇਰਸ ਦਾ ਜਾਂ ਬੁਲਸ ਦਾ ਕੌਨਫੀਡੈਂਸ ਹੁੰਦਾ ਆ ਥੋੜਾ ਜਿਹਾ ਵੀਕ ਹੁੰਦਾ ਜਦੋਂ ਕੋਈ ਵੀ ਮੂਵਿੰਗ ਐਵਰੇਜ ਇੰਨੀ ਸਟਰੋਂਗ ਡੇਲੀ ਦੇ ਵਿੱਚ ਬ੍ਰੇਕ ਹੁੰਦੀ ਆ ਕਿਉਂਕਿ ਇੱਕ ਇਹ ਯੂਨੀਵਰਸਲ ਹੈਗੀ ਆ ਮੂਵਿੰਗ ਐਵਰੇਜ ਜਿਹਨੂੰ ਐਲਗੋਰਿਦਮ ਨੇ ਮੂਵ ਕਰਨਾ ਜਿੱਥੇ ਐਲਗੋਰਿਦਮ ਟ੍ਰੇਡ ਲੈਂਦਾ ਐਂਟਰੀ ਹੁੰਦੀ ਆ ਸੋ ਜੇ ਉਹਨੂੰ ਬ੍ਰੇਕ ਹੁੰਦੀ ਆ ਤਾਂ ਚਾਂਸ ਦੇਖ ਸਕਦਾ ਹੈ ਕਾਫੀ ਵਧੀਆ ਡ੍ਰੌਪ ਇੱਕ ਅੱਧਾ ਦਿਨ ਹੋ ਸਕਦਾ ਸੋ ਇਸ ਲਈ ਨੂੰ ਥੋੜਾ ਜਿਹਾ ਵਾਚ ਕਰਕੇ ਤੁਸੀਂ ਚੱਲਣਾ ਹੈ ਦੇਖਦੇ ਹਾਂ ਉੱਪਰ ਫੇਰ 450 ਦੇ ਨੇੜੇ ਤੇੜੇ ਜਾ ਕੇ ਉੱਥੇ ਕੀ ਕਰਦਾ ਤੇ ਥੱਲੇ ਤੇ 50 ਦੇ ਮੂਵਿੰਗ ਐਵਰੇਜ ਚ ਕੀ ਕਰਦਾ ਇਹ ਨੈਕਸਟ ਵੀਕ ਦੇ ਵਿੱਚ ਜੀ ਜਿੰਦਰਾ ਸੋ ਠੀਕ ਹੈ ਜੀ ਸੋ ਔਰੈਕਲ ਦਾ ਸਟਾਕ ਤੁਸੀਂ ਪੁੱਛਿਆ ਜੀ ORCL ਦਾ ਸੋ ਇਹਦਾ ਮੈਂ ਚਾਰਟ ਟੱਚ ਕਰ ਲੈਣਾ ਜੀ ਕੁਇਕਲੀ ਜਾਣ ਤੋਂ ਪਹਿਲਾਂ ਸੋ ਔਰੈਕਲ ਡ੍ਰੌਪ ਸੀ ਜੀ ਤੇ ਆਹ ਏਰੀਆ ਜੇ ਆਪਣਾ ਲੱਗਾ ਸੀ 128 ਵਾਲਾ ਮੈਨੂੰ ਲੱਗਦਾ ਲਾਸਟ ਤੁਸੀਂ ਪੁੱਛਿਆ ਹੋਣਾ ਸੋ 128 ਤੋਂ ਟੱਚ ਡ੍ਰੌਪ 128 ਤੋਂ ਟੱਚ ਡ੍ਰੌਪ ਜੀ ਪੀ ਕੇ ਨੇ ਪੁੱਛਿਆ ਤਾਂ ਉਹਨੇ ਟਰੇਡਾਂ ਲਈਆਂ 128 ਤੋਂ ਤਾਂ ਥਰਸਡੇ ਨੂੰ ਵਧੀਆ ਪ੍ਰੋਫਿਟ ਬਣਾ ਸਕਦੇ ਸੀ ਤੇ ਉਸ ਤੋਂ ਵੀਕ ਪਹਿਲਾਂ ਵੀ ਕਾਫੀ ਵਧੀਆ ਸੇਮ ਏਰੀਆ ਤੇ ਹੋ ਗਿਆ ਸੋ 128 ਨੂੰ ਵਾਚ ਕਰਨਾ बॉਟਮ ਤੇ ਹੁਣ ਇੱਕ ਏਰੀਆ ਜੇ ਬਣਾ ਰਿਹਾ ਜਿੱਥੇ ਰੁਕਣ ਦੀ ਕੋਸ਼ਿਸ਼ ਕਰ ਰਿਹਾ ਸੋ लेट्स ਸੀ ਉੱਥੇ ਰੁਕ ਪੌਂਦਾ ਜਾਂ ਨਹੀਂ ਉਹ ਹੈਗਾ ਜੀ 123 ਵਾਲਾ ਥੋੜਾ ਜਿਹਾ ਉੱਪਰ ਜਾਊਗਾ 12350 ਵਾਲਾ ਸੋ ਉੱਤੋਂ ਰੁਕਦਾ ਜੇ ਉੱਤੋਂ ਥੱਲੇ ਡਿੱਗਦਾ ਆ ਤੇ ਫਿਰ ਉਹੀ 100 20 ਤੱਕ 117 ਤੱਕ ਜਾਣ ਦੇ ਦੇ ਚਾਂਸ ਹੈਗੇ ਆ ਜੇ ਡ੍ਰੌਪ ਹੁੰਦੀ ਆ ਸੋ ਕਾਫੀ ਵਧੀਆ ਆਪਾਂ ਕਹਿ ਸਕਦੇ ਹਾਂ ਵਾਚ ਲਿਸਟ ਦੇ ਵਿੱਚ ਰੱਖਣ ਵਾਲਾ ਇੱਕ ਸਟਾਕ ਨੈਕਸਟ ਵੀਕ ਦੇ ਲਈ ORCL ਸੋ ਇਨੀ ਆਪਸ਼ਨਾਂ ਦੇਖਾਂਗੇ ਕਿੰਨੀਆਂ-ਕਿੰਨੀਆਂ ਸੋ ਸਾਬ ਨਾਲ ਫਿਰ ਟਰੇਡ ਕਰਾਂਗੇ ਜੀ ਲਿਓ ਜੀ ਆਪਾਂ ਕਾਫੀ ਤੇ ਚਾਰਟ ਦਾ ਸੋ ਇਦਾਂ ਮੈਟਾ ਦਾ ਪੁੱਛ ਰਹੇ ਸੀ ਜੀ ਕਈ ਵੀਰ ਸੋ ਮੈਟਾ ਨੂੰ ਮੈਂ ਕੁਇਕਲੀ ਟੱਚ ਕਰਦਾ ਸੋ ਮੈਟਾ ਦੇ ਵਿੱਚ ਕੀ ਆ ਟੋਪ ਤੇ 51 ਕੈਂਡਲ ਕਾਫੀ ਵਧੀਆ ਇੰਟਰਸਟਿੰਗ ਥਰਸਡੇ ਨੂੰ ਵੱਜੀ ਸੀ ਕਿਉਂਕਿ ਮਾਰਕੀਟ ਸਾਰੀ ਡ੍ਰੌਪ ਹੋਈ ਸੀ ਤੇ ਤਿੰਨ ਸਟਾਕ ਮਾਰਕੀਟ ਨੂੰ ਮੂਵ ਕਰਦੇ ਆ ਨਵੀਡੀਆ ਮਾਈਕਰੋਸਾਫਟ ਮੈਟਾ ਫੋਰ ਨਾਓ ਐਪਲ ਕੁਝ ਖਾਸ ਨਹੀਂ ਕਰ ਰਿਹਾ ਤੇ ਟੋਪ ਤੇ 530 ਵਾਲੇ ਏਰੀਏ ਤੇ ਆ ਲੈਟਸ ਸੀ ਉੱਥੋਂ ਡ੍ਰੌਪ ਹੁੰਦਾ ਤੇ ਕੀ ਕਰਦਾ ਜੇ ਡ੍ਰੌਪ ਹੁੰਦਾ ਤਾਂ ਥੱਲੇ ਡਿੱਗਣ ਦੇ ਦੇ ਚਾਂਸ ਆ ਆਹ ਟ੍ਰੈਂਡ ਲਾਈਨ ਤੱਕ ਇੱਕ ਵਾਰੀ ਸੋ ਟ੍ਰੈਂਡ ਲਾਈਨ ਨੂੰ ਟੱਚ ਕਰਕੇ ਵਾਪਸੀ ਕੀਤੀ ਹੈ ਫੇਰ ਆਣ ਕੇ ਦੇਖਦੇ ਹਾਂ ਉੱਥੋਂ ਤੱਕ ਆਉਂਦਾ ਜਾਂ ਨਹੀਂ ਆਉਂਦਾ ਜੀ ਸੋ ਬਾਕੀ ਸਹੀ ਆ ਜੀ ਸੋ ਜੇ ਕਿਸੇ ਨੇ ਲਾਈਵ ਟਰੇਡਿੰਗ ਕਰਨੀ ਹੋਈ ਤਾਂ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਲਾਈਵ ਟਰੇਡਿੰਗ ਵਾਲਿਆਂ ਨੂੰ ਜੀ ਕੱਲ ਮਾਰਨਿੰਗ ਦੇ ਵਿੱਚ ਤੇ ਕਰਦੇ ਆਂ ਗੱਲਬਾਤ ਕਰਦੇ ਆਂ ਟਰੇਡਾਂ ਤੇ ਬਾਕੀ ਵੀਰਾਂ ਨੂੰ ਨੈਕਸਟ ਵੀਕਐਂਡ ਤੇ ਮਾਰਕੀਟ ਪ੍ਰੀਵਿਊ ਦੇ ਵਿੱਚ ਆ ਜੇ ਕੋਈ ਕੁਐਸਚਨ ਹੋਇਆ ਤਾਂ ਕਮੈਂਟ ਦੇ ਵਿੱਚ ਪੁੱਛ ਲਿਓ ਇਸ ਵੀਡੀਓ ਦੇ ਵਿੱਚ ਜਾਂ ਟੈਲੀਗ੍ਰam ਜੁਆਇਨ ਕਰ ਸਕਦੇ ਹੋ ਉਹਦਾ ਵੀ ਸਾਰਿਆਂ ਦਾ ਲਿੰਕ ਇੱਥੇ ਬਾਇਓ ਦੇ ਵਿੱਚ ਹੈਗਾ ਜੀ ਇਸ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਸੋ ਟੇਕ ਕੇਅਰ ਬਾਏ ਬਾਏ ਮਿਲਦੇ ਆਂ ਜੀ